ਤਿੰਨ ਸੰਤਨ ਕੋ ਬੰਦਨ ਸਿਰ ਚਰਨਨ ਪਰ ਧਾਰ ਏਕ ਅੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਜੋ ਹਮਕੋ ਇਤ ਸ਼ੋਰ ਸਿਧਾਏ ਉਤ ਉਨਕੋ ਜਮ ਗਹਿ ਸਹਸਾਏ ਇਮਕੇ ਸਰਾਬ ਚਲੇ ਪ੍ਰਭ ਆਗੇ ਹਟੇ ਜੋ ਸਗਰੇ ਆਪਦ ਪਾਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਤਿਹਾਸ ਆਪਾਂ ਸਰਵਣ ਕਰ ਰਹੇ ਹਾਂ। ਸਤਿਗੁਰੂ ਜੀ ਦਮਦਮਾ ਸਾਹਿਬ ਤੋਂ ਤਲਵੰਡੀ ਸਾਬੋ ਤੋਂ ਚੱਲੇ ਬੋਲੋ ਨਾ ਅਤੇ ਮਹਾਰਾਜ ਕਈ ਨਗਰਾਂ ਵਿੱਚ ਚਰਨ ਪਾ ਕੇ ਸਿੱਖਾਂ ਦੀ ਪਰਖ ਕਰਦਿਆਂ ਹੋਇਆਂ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਰਾਜਸਥਾਨ ਦੇ ਇਲਾਕੇ ਵਿੱਚ ਨਗਰਾਂ ਦੇ ਵਿੱਚ ਮਹਾਰਾਜ ਵਿਚਰਦੇ ਪਏ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਇਤਿਹਾਸ ਆਪਾਂ ਕੱਲ੍ਹ ਸਰਵਣ ਕਰ ਰਹੇ ਸੀ ਕਿ ਭਾਈ ਰਾਮ ਸਿੰਘ ਮਹਾਰਾਜ ਜੀਆਂ ਨੂੰ ਬੜੀ ਚਲਾਕੀ ਦੇ ਨਾਲ ਮੌਕੇ ਦਾ ਫਾਇਦਾ ਉਠਾ ਕੇ ਅਤੇ ਭੱਜ ਗਿਆ ਹੈ। ਸਤਿਗੁਰਾਂ ਨੇ ਇੱਕ ਸਿੱਖ ਨੂੰ ਭੇਜਿਆ, ਜਾਓ ਜਾ ਕੇ ਰਾਮ ਸਿੰਘ ਨੂੰ ਮੋੜ ਕੇ ਲਿਆਓ, ਸਾਨੂੰ ਛੱਡ ਕੇ ਨਾ ਜਾਵੇ। ਰਾਮ ਸਿੰਘ ਨਹੀਂ ਰੁਕਿਆ ਹੈ। ਦੂਜੀ ਵਾਰੀ ਮਹਾਰਾਜ ਨੇ ਆਪਣਾ ਬਸਤਰ ਭੇਜਿਆ, ਰੁਮਾਲ ਭੇਜਿਆ, ਕਹਿਣ ਲੱਗੇ ਜਾਓ ਸਾਡੇ ਰੁਮਾਲ ਦੀ ਨਿਸ਼ਾਨੀ ਹੈ, ਜਾ ਕੇ ਦੇ ਕੇ ਇਹ ਗੱਲ ਆਖੋ ਵੀ ਸਤਿਗੁਰਾਂ ਨੇ ਬੁਲਾਇਆ ਹੈ। ਦੂਜੀ ਵਾਰੀ ਵੀ ਸਿੰਘ ਦੇ ਰੁਕਣ ਕਰਕੇ ਰਾਮ ਸਿੰਘ ਰੁਕਿਆ ਨਹੀਂ, ਦੌੜ ਗਿਆ। ਇਹ ਪ੍ਰਸੰਗ ਆਪਾਂ ਕੱਲ੍ਹ ਸਰਵਣ ਕਰ ਆਏ ਹਾਂ। ਇਹ ਭਾਈ ਰਾਮ ਸਿੰਘ ਦੇ ਭਜਨ ਕਰਕੇ ਮਹਾਰਾਜ ਕਿਹੜੇ ਭਜਨ ਕਰਦੇ, ਅੱਜ ਇਤਿਹਾਸ ਸਰਵਣ ਕਰਾਂਗੇ। ਮਿਲ ਕੇ ਆਖੀਏ ਸਤਨਾਮ ਸੁਣ ਕੇ ਜਦੋਂ ਸਿੱਖ ਨੇ ਆ ਕੇ ਦੱਸਿਆ ਨਾ, ਮਹਾਰਾਜ ਮੈਂ ਰੁਮਾਲ ਤੁਹਾਡਾ ਵਿਖਾਇਆ ਜਾਂ ਰੁਮਾਲ ਵਿਛਾ ਦਿੱਤਾ ਸੀ ਵੀ ਇਹ ਹੱਦ ਹੈ, ਇਹਦੇ ਤੋਂ ਅੱਗੇ ਨਹੀਂ ਜਾਣਾ। ਮਹਾਰਾਜ ਰਾਮ ਸਿੰਘ ਨਹੀਂ ਰੁਕਿਆ, ਫਿਰ ਵੀ ਚਲੇ ਗਿਆ। ਇਹ ਬਚਨ ਸੁਣ ਕੇ ਫਿਰ ਮਹਾਰਾਜ ਜੀਆਂ ਨੂੰ ਬੜਾ ਗੁੱਸਾ ਆਇਆ। ਮਹਾਰਾਜ ਗੁੱਸੇ ਵਿੱਚ ਆ ਗਏ, ਅਸੀਂ ਦੋ ਵਾਰੀ ਸੁਨੇਹਾ ਭੇਜਿਆ ਹੈ, ਇਹ ਸਾਨੂੰ ਮਿਲਣ ਤੱਕ ਨਹੀਂ ਆਇਆ, ਘਰ ਜਾਣ ਦੀ ਆਗਿਆ ਤੱਕ ਨਹੀਂ ਲਈ ਹੈ। ਮਹਾਰਾਜ ਐਸੀ ਉਸ ਦੀ ਕਰਤੂਤ ਵੇਖ ਕੇ ਪਾਤਸ਼ਾਹ ਗੁੱਸੇ ਵਿੱਚ ਆ ਗਏ ਹਨ। ਜੋ ਘਰ ਤਿਆਗ ਨਾ ਸਕੇ ਅਜਾਨ, ਮਹਾਰਾਜ ਕਹਿਣ ਲੱਗੇ ਜਿਹੜਾ ਅਣਜਾਣ ਗੁਰੂ ਦੇ ਕਹਿਣ 'ਤੇ ਘਰ ਨਹੀਂ ਛੱਡ ਸਕਦਾ। ਕੱਲ੍ਹ 'ਤੇ ਗੱਲਾਂ ਬੜੀਆਂ ਵੱਡੀਆਂ ਵੱਡੀਆਂ ਕਰਦੇ, ਮਹਾਰਾਜ ਅਸੀਂ ਤੁਹਾਡੇ ਨਾਲ ਹਾਂ, ਤੁਹਾਡੇ ਨਾਲ ਹਾਂ, ਪਰ ਅੱਜ ਸਾਡੇ ਕਹਿਣ 'ਤੇ ਘਰ ਦਾ ਮੋਹ ਹੀ ਜਿਨ੍ਹਾਂ ਨੇ ਛੱਡਿਆ ਹੈ। ਇੱਕ ਮਾਸ ਲੱਗ ਟੱਕਰ ਮਾਰੇ, ਸਤਿਗੁਰੂ ਕਹਿਣ ਲੱਗੇ ਘਰ ਜਾਂਦੇ ਹੀ ਇਸ ਨੇ ਕਮਲੇ ਹੋ ਜਾਣਾ,
ਇਹ ਜਿਹੜਾ ਰਾਮ ਸਿੰਘ ਛੱਡ ਕੇ ਚਲਾ ਗਿਆ, ਇਹ ਘਰ ਸੁਖੀ ਸਾਂਦੀ ਨਹੀਂ ਪਹੁੰਚੇਗਾ। ਘਰੇ ਜਾਂਦਿਆਂ ਜਾਂਦਿਆਂ ਨੇ ਕਮਲੇ ਹੋ ਜਾਣਾ ਅਤੇ ਘਰ ਦੀਆਂ ਕੰਧਾਂ ਦੇ ਨਾਲ ਇਹ ਟੱਕਰਾਂ ਮਾਰਦਾ ਰਹੇਗਾ, ਸ਼ਦਾਈਆਂ ਦੇ ਵਾਂਗ ਕਮਲਿਆਂ ਦੇ ਵਾਂਗ ਕੰਧਾਂ ਨੂੰ ਸਿਰ ਇਸਨੇ ਮਾਰਨਾ ਹੈ। ਉਹਨੂੰ ਤਿਸ ਘਰ ਕੋ ਤਿਆਗ ਸਿਧਾਰ। ਮਹਾਰਾਜ ਕਹਿੰਦੇ ਇਹਦੀ ਬਹੁਤੀ ਉਮਰਾਂ ਨਹੀਂ ਰਹਿ ਗਈ, ਇੱਕ ਮਹੀਨੇ ਦੀ ਉਮਰਾਂ, ਇੱਕ ਮਹੀਨਾ ਸ਼ੁਦਾਈਆਂ ਵਾਂਗ ਕਮਲਿਆਂ ਦੇ ਵਾਂਗ ਘਰ ਨੂੰ ਟੱਕਰਾਂ ਮਾਰਦਿਆਂ ਹੋਇਆਂ ਇਹ ਬਤੀਤ ਕਰੇਗਾ ਅਤੇ ਮਹੀਨੇ ਬਾਅਦ ਇਸਨੇ ਮਰ ਜਾਣਾ। ਇਹ ਬਚਨ ਮਹਾਰਾਜ ਨੇ ਆਖਿਆ। ਡੱਲੇ ਸਹਿਤ ਜਿਤਕ ਭੱਜ ਗਏ। ਜਿਹੜੇ ਡੱਲੇ ਦੇ ਸਮੇਤ ਭੱਜ ਕੇ ਚਲੇ ਗਏ, ਡੱਲਾ ਤਾਂ ਚਲੋ ਚਲੇ ਹੀ ਗਿਆ, ਡੱਲੇ ਦੇ ਸਮੇਤ ਹੋਰ ਜਿੰਨੇ ਵੀ ਬਰਾੜ ਭੱਜੇ ਨੇ ਸਾਰਿਆਂ ਦੇ ਬਾਬਤ ਮਹਾਰਾਜ ਆਖਦੇ ਹਨ। ਸੋ ਜਮ ਨੇ ਤੂਰਨ ਕਹਿ ਲਏ। ਕਹਿਣ ਲੱਗੇ ਗੁਰੂ ਕਿ ਸਿੱਖੋ, ਡੱਲਾ ਭੱਜਿਆ ਹੈ, ਭਾਈ ਰਾਮ ਸਿੰਘ ਭੱਜਿਆ, ਹੋਰ ਵੀ ਕਈ ਭੱਜੇ ਨੇ ਜਿਹੜੇ ਇਸ ਵੇਲੇ ਗੁਰੂ ਨੂੰ ਛੱਡ ਕੇ ਭੱਜੇ ਨੇ। ਤੁਸੀਂ ਇਹ ਸਮਝ ਲਓ ਵੀ ਇਹਨਾਂ ਨੂੰ ਜਮਾਂ ਨੇ ਫੜ ਹੀ ਲਿਆ ਹੈ, ਇਹਨਾਂ ਦੀ ਜ਼ਿੰਦਗੀ ਬਿਲਕੁਲ ਹੁਣ ਖਤਮ ਹੋ ਗਈ ਹੈ, ਥੋੜ੍ਹਾ ਸਮਾਂ ਜ਼ਿੰਦਗੀ ਦਾ ਰਹਿ ਗਿਆ। ਇਹਨਾਂ ਦੇ ਉੱਪਰ ਭਾਰੀ ਮੁਸੀਬਤਾਂ ਪੈਣਗੀਆਂ ਔਰ ਮੁਸੀਬਤਾਂ ਦੇ ਨਾਲ ਜੂਝਦਿਆਂ ਹੋਇਆ ਇਹਨਾਂ ਨੇ ਆਪਣੇ ਸਰੀਰ ਛੱਡ ਜਾਣੇ। ਜੋ ਹਮਕੋ ਇਤ ਸ਼ੋਰ ਸਿਧਾਏ। ਜਿਹੜੇ ਜਿਹੜੇ ਸਾਨੂੰ ਇੱਥੇ ਛੱਡ ਕੇ ਚਲੇ ਗਏ, ਗੁਰੂ ਦਾ ਅਦਬ ਨਹੀਂ ਰੱਖਿਆ, ਮਾਣ ਨਹੀਂ ਰੱਖਿਆ, ਸਤਿਕਾਰ ਨਹੀਂ ਰੱਖਿਆ ਹੈ ਅਤੇ ਮਨ ਮਰਜ਼ੀ ਕੀਤੀ ਹੈ ਵੀ ਅਸੀਂ ਚੱਲੇ ਹਾਂ, ਜਿਹੜੇ ਜਿਹੜੇ ਛੱਡ ਕੇ ਚਲੇ ਗਏ ਹਨ। ਸਤਿਗੁਰੂ ਪਾਤਸ਼ਾਹ ਕਹਿੰਦੇ ਇਹਨਾਂ ਨੂੰ ਜਮ ਬੜੀ ਛੇਤੀ ਆ ਕੇ ਫੜੇਗਾ। ਸਾਨੂੰ ਛੱਡ ਕੇ ਤਾਂ ਚਲੇ ਗਏ, ਕੋਈ ਗੱਲ ਨਹੀਂ ਹੈ, ਪਰ ਇਹਨਾਂ ਨੂੰ ਜਮ ਬੜੀ ਛੇਤੀ ਆ ਕੇ ਫੜੇਗਾ, ਜਮਾਂ ਦਾ ਖਾਜਾ ਬਣ ਜਾਣਗੇ, ਇਹਨਾਂ ਨੇ ਜਮਾਂ ਦਾ ਭੋਜਨ ਬਣ ਜਾਣਾ ਹੈ। ਇਨਕੇ ਸਰਾਪ ਚਲੇ ਭਰਵੇ ਆਗੇ। ਸਤਿਗੁਰੂ ਪਾਤਸ਼ਾਹ ਦੇ ਮੁਖੋਂ ਬਚਨ, ਕਰਮ ਖੰਡ ਕੀ ਬਾਣੀ ਜੋਰ, ਤਿੱਥੇ ਹੋਰ ਨਾ ਕੋਈ ਹੋਰ। ਹੁਣ ਮਹਾਰਾਜ ਦੇ ਮੁਖੋਂ ਬਚਨ ਨਿਕਲੇ ਤੇ ਪੂਰਾ ਹੋਵੇ ਨਾ, ਇਹ ਤੇ ਹੋ ਨਹੀਂ ਨਾ ਸਕਦਾ। ਇਹ ਬਚਨ ਕਹਿ ਕੇ ਮਹਾਰਾਜ ਇਹਨਾਂ ਤੇ ਆਪ ਅੱਗੇ ਚਲੇ ਗਏ ਹਨ। ਸਗਰੇ ਆਪਦ ਪਾਗੇ। ਭਾਈ ਸੰਤੋਖ ਸਿੰਘ ਜੀ ਕਹਿੰਦੇ ਆਓ ਫਿਰ ਤੁਹਾਨੂੰ ਬਚਨ ਸੁਣਾਈਏ ਵੀ ਜਿਹੜੇ ਜਿਹੜੇ ਬੰਦੇ ਛੱਡ ਕੇ ਦੌੜੇ ਉਹਨਾਂ ਦਾ ਮਗਰੋਂ ਕੀ ਹਾਲ ਹੋਇਆ ਹੈ, ਫਿਰ ਤੁਹਾਨੂੰ ਥੋੜ੍ਹਾ ਜਿਹਾ ਪ੍ਰਸੰਗ, ਥੋੜ੍ਹੀ ਜਿਹੀ ਵੰਨਗੀ ਜਿਹੜੀ ਆ ਉਹ ਇੱਥੇ ਸੁਣਾਉਂਦੇ ਪਏ ਵੀ ਜਿਹੜੇ ਛੱਡ ਕੇ ਭੱਜੇ ਉਹ ਕਿਹੜੀ ਕਿਹੜੀ ਬਿਪਤਾ ਵਿੱਚ ਪਏ, ਦੁੱਖ ਵਿੱਚ ਪਏ, ਆਓ ਉਹਨਾਂ ਦੇ ਦੁੱਖ ਤੁਹਾਨੂੰ ਦੱਸਦੇ ਹਾਂ। ਰਾਮ ਸਿੰਘ ਜਬ ਹਟ ਕਰ ਆਏ। ਕਹਿਣ ਲੱਗੇ ਪਹਿਲਾਂ ਤਾਂ ਤੁਹਾਨੂੰ ਦੱਸੀਏ ਰਾਮ ਸਿੰਘ ਬਾਰੇ, ਜਿਹੜਾ ਹੁਣੇ ਗੁਰੂ ਪਾਤਸ਼ਾਹ ਨੂੰ ਛੱਡ ਕੇ ਗਿਆ ਹੈ, ਇਹ ਜਦੋਂ ਮਹਾਰਾਜ ਨੂੰ ਛੱਡ ਕੇ ਚਲਾ ਗਿਆ ਹੈ। ਭਇਓ ਬਾਬਰਾ ਘਰ ਪ੍ਰਵਿਸ਼ਾ। ਕਹਿਣ ਲੱਗੇ ਵੀ ਘਰ ਦੇ ਦਰਵਾਜ਼ੇ ਤੱਕ ਪਹੁੰਚਦਿਆਂ ਦਾ ਦਿਮਾਗ ਹਿੱਲ ਗਿਆ ਸੀ, ਕਮਲਾ ਹੋ ਗਿਆ ਸੀ ਘਰ ਜਾਂਦਿਆਂ ਤੱਕ। ਮਹਾਰਾਜ ਦਾ ਵਚਨ ਸੀ ਨਾ ਵੀ ਇਹ ਘਰ ਦੀਆਂ ਕੰਧਾਂ ਨੂੰ ਟੱਕਰਾਂ ਮਾਰੇਗਾ ਅਤੇ ਟੱਕਰਾਂ 'ਤੇ ਕਮਲਾ ਹੀ ਮਾਰਦਾ। ਘਰ ਪਹੁੰਚਦਿਆਂ ਪਹੁੰਚਦਿਆਂ ਰਾਮ ਸਿੰਘ ਦਾ ਦਿਮਾਗੀ ਸੰਤੁਲਨ ਜਿਹੜਾ ਉਹ ਠੀਕ ਨਹੀਂ ਰਹਿ ਗਿਆ, ਝੱਲਾ ਹੋ ਗਿਆ, ਕਮਲਾ ਹੋ ਗਿਆ ਹੈ। ਫਤਿਹ ਸਿੰਘ ਨੇ ਔਰ ਉਤਾਰਾ। ਜਦੋਂ ਇਹਦੇ ਦੂਜੇ ਭਰਾ ਫਤਿਹ ਸਿੰਘ ਨੇ ਵੇਖਿਆ ਵੀ ਮੇਰੇ ਭਰਾ ਦੇ ਕੋਈ ਤੌਰ ਤਰੀਕੇ ਠੀਕ ਨਹੀਂ ਲੱਗਦੇ, ਐਵੇਂ ਹੱਸੀ ਜਾਂਦਾ ਬਿਨਾਂ ਹੀ ਗੱਲ ਤੋਂ, ਅਤੇ ਗੱਲ ਦੇ ਕੱਪੜੇ ਵੀ ਇਸਨੇ ਪਾੜ ਲੈ ਨੇ, ਉਸ ਵੇਲੇ ਭਰਾ ਨੇ ਆ ਕੇ ਇਸ ਨੂੰ ਜੱਫਾ ਭਰ ਕੇ ਅਤੇ ਘੋੜੇ ਤੋਂ ਥੱਲੇ ਉਤਾਰਿਆ। ਹੁਣ ਘੋੜਾ ਜਿਹੜਾ ਉਹ ਇਲਾਕੇ ਦੀ ਪਛਾਣ ਰੱਖਦਾ ਸੀ, ਆਪਣੇ ਆਪ ਹੀ ਇਹਨੂੰ ਘਰੇ ਲੈ ਗਿਆ, ਘੋੜੇ 'ਤੇ ਬੈਠਾ ਹੋਣ ਕਰਕੇ ਘਰੇ ਪਹੁੰਚਿਆ। ਜਦੋਂ ਭਰਾ ਨੇ ਵੇਖਿਆ ਵੀ ਇਹਦਾ ਕੁਝ
ਹਿਸਾਬ ਕਿਤਾਬ ਠੀਕ ਨਹੀਂ ਲੱਗਦਾ। ਅੱਜ ਤੇ ਉਸ ਵੇਲੇ ਦੂਜੇ ਭਰਾ ਨੇ ਜਫਾ ਭਰ ਕੇ ਥੱਲੇ ਉਤਾਰਿਆ ਪਰ ਵਿਸ਼ਿਓ ਆਪਣੇ ਸਦਨ ਮਝਾਰਾ ਇਸ ਨੂੰ ਫੜ ਕੇ ਉਸ ਵੇਲੇ ਤੇ ਇਹਦੇ ਘਰ ਦੇ ਵਿੱਚ ਜਿਹੜਾ ਇਹਦਾ ਘਰ ਬਣਿਆ ਸੀ ਉੱਥੇ ਘਰ ਵਿੱਚ ਜਾ ਕੇ ਇਸ ਨੂੰ ਬਿਠਾਇਆ ਹੈ। ਕੰਧਨ ਸੋ ਸਿਰ ਦੇ ਦੇ ਮਾਰ ਸਤਿਗੁਰੂ ਪਾਤਸ਼ਾਹ ਦਾ ਬਚਨ ਸੀ ਵੀ ਜਿਹੜੇ ਛੱਡ ਕੇ ਗਏ ਨੇ ਬਚਨ ਨਹੀਂ ਜਿਨ੍ਹਾਂ ਨੇ ਨਿਭਾਇਆ ਉਹ ਕੰਧਾਂ ਨੂੰ ਟੱਕਰਾਂ ਮਾਰਨਗੇ। ਉਹ ਬਚਨ ਇਹਨੂੰ ਮੰਜੀ 'ਤੇ ਬਿਠਾਉਂਦੇ ਉੱਠ ਕੇ ਕੰਧਾਂ ਨਾਲ ਸਿਰ ਮਾਰਦਾ ਫਿਰ ਫੜ ਕੇ ਮੰਜੀ 'ਤੇ ਬਿਠਾਉਂਦੇ। ਕੀ ਹੋਇਆ ਰਾਮ ਸਿਆ ਕਿਸੇ ਦੀ ਗੱਲ ਨਹੀਂ ਸੁਣਦਾ ਫਿਰ ਉੱਠਦਾ ਆਪਣਾ ਸਿਰ ਜਾ ਕੇ ਕੰਧ ਨਾਲ ਮਾਰਦਾ ਹੈ। ਘਰ ਕੋ ਸਭ ਗਹਿ ਗਹਿ ਹਟਕਾਰ ਤੇ ਘਰ ਦੇ ਮੈਂਬਰ ਫੜ ਫੜ ਕੇ ਹਟਾਉਂਦੇ ਵੀ ਨਾ ਸਿਰ ਨਾ ਮਾਰ ਤੈਨੂੰ ਸੱਟ ਲੱਗੇਗੀ ਨਾ ਸਿਰ ਮਾਰ ਤੈਨੂੰ ਸੱਟ ਲੱਗੇਗੀ। ਕਿਸੇ ਦੀ ਗੱਲ ਨਹੀਂ ਮੰਨਦਾ ਵਾਰ ਵਾਰ ਆਪਣੇ ਸਿਰ ਨੂੰ ਕੰਧ ਦੇ ਨਾਲ ਮਾਰਦਾ। ਉੱਤ ਡੱਲੇ ਪਰ ਆਪਦਾ ਪਰੀ ਕਹਿੰਦੇ ਭਾਈ ਇਸ ਤਰ੍ਹਾਂ ਇਹ ਰਾਮ ਸਿੰਘ ਤੇ ਕਮਲਾ ਹੋ ਗਿਆ ਘਰ ਜਾ ਕੇ ਸ਼ੁਦਾਈਆਂ ਵਾਲੇ ਕੰਮ ਕਰਦਾ ਹੈ ਕੰਧਾਂ ਨਾਲ ਟੱਕਰਾਂ ਮਾਰਦਾ ਹੈ ਬੜਾ ਭਾਰੀ ਦੁਖੀ ਹੋ ਗਿਆ ਹੈ। ਇਹ ਤਾਂ ਕਹਿੰਦੇ ਰਾਮ ਸਿੰਘ ਦੀ ਗੱਲ ਹੈ। ਹੁਣ ਕਹਿੰਦੇ ਆਓ ਤੁਹਾਨੂੰ ਡੱਲੇ ਦਾ ਪ੍ਰਸੰਗ ਵੀ ਸੁਣਾ ਚੱਲੀਏ ਵੀ ਡੱਲਾ ਵੀ ਤਾਂ ਭੱਜਿਆ ਨਾ ਰਾਤ ਨੂੰ ਖੰਡਾ ਮਹਾਰਾਜ ਦੇ ਪਾਵੇ ਦੇ ਨਾਲ ਲਾ ਗਿਆ ਮੰਜੇ ਦੇ ਵੀ ਆਹ ਖੰਡਾ ਸਾਂਭ ਲਿਓ ਮਹਾਰਾਜ ਅਤੇ ਮੈਂ ਚੱਲਿਆ ਅਤੇ ਦੋਵੇਂ ਸੋਨੇ ਦੇ ਕੜੇ ਵੀ ਲਾ ਕੇ ਰੱਖ ਕੇ ਭੱਜ ਗਿਆ ਸੀ। ਜਿਸ ਵੇਲੇ ਉਹ ਦੀਵਾਨੇ ਨੇ ਆਖਿਆ ਸੀ ਕਿ ਭਾਗ ਗਏ ਉਹ ਡੱਲਾ ਅਤੇ ਗੁਰੂ ਰਹਿ ਗਿਆ ਇਕੱਲਾ ਅਤੇ ਮਹਾਰਾਜ ਨੇ ਆਖਿਆ ਸੀ ਨਹੀਂ ਉਹ ਮਸਤਾਨਿਆ ਗੁਰੂ ਨਹੀਂ ਉਹ ਇਕੱਲਾ ਅਤੇ ਗੁਰੂ ਦੇ ਨਾਲ ਹੈ ਅੱਲਾ। ਇਹ ਬਚਨ ਮਹਾਰਾਜ ਨੇ ਉਸ ਵੇਲੇ ਆਖੇ ਸਨ। ਕਹਿਣ ਲੱਗੇ ਡੱਲਾ ਵੀ ਤਾਂ ਭੱਜਿਆ ਰਾਤ ਨੂੰ ਹੁਣ ਡੱਲੇ ਦੀ ਕੀ ਹਾਲਤ ਹੋਈ ਹੈ ਉਹਦੇ ਪਰਿਵਾਰ ਦੀ ਕੀ ਹਾਲਤ ਹੋਈ ਹੈ ਉਹ ਇੱਥੇ ਦੱਸਦੇ ਹਨ। ਭਾਇਓ ਰੋਗ ਤਨ ਹਵੈ ਜ਼ਰਜ਼ਰੀ ਘਰੇ 'ਤੇ ਪਹੁੰਚ ਗਿਆ ਸਰੀਰ ਨੂੰ ਇਹੋ ਜਿਹਾ ਰੋਗ ਲੱਗਾ ਵੀ ਸਰੀਰ ਬੜਾ ਕਮਜ਼ੋਰ ਹੋ ਗਿਆ। ਕੱਲ੍ਹ ਤਾਂ ਕਹਿੰਦਾ ਸੀ ਨਾ ਵੀ ਮੈਂ ਬੜਾ ਤਗੜਾ ਅਤੇ ਬਲ ਵਾਲਾ ਹਾਂ ਮਹਾਰਾਜ ਮੈਨੂੰ ਕਿਤੇ ਯਾਦ ਕਰਦੇ ਅਤੇ ਮੈਂ ਜੰਗ ਵਿੱਚ ਦੋ ਦੋ ਹੱਥ ਵਿਖਾਉਂਦਾ ਪਰ ਅੱਜ ਐਸੀ ਹਾਲਤ ਬਣੀ ਹੈ ਵੀ ਇਹਦਾ ਸਰੀਰ ਬਹੁਤ ਜ਼ਿਆਦਾ ਕਮਜ਼ੋਰ ਹੋ ਗਿਆ ਹੈ। ਪਰ ਜੇ ਤੱਕ ਤਾਜ ਤਾਜ ਗੁਰਿਆ ਅਤੇ ਜਿਹੜੇ ਹੋਰ ਗੁਰੂ ਪਾਤਸ਼ਾਹ ਨੂੰ ਛੱਡ ਕੇ ਗਏ ਡੱਲਾ ਵੀ ਘਰੇ ਜਾ ਕੇ ਬਿਮਾਰ ਹੋ ਗਿਆ ਮੰਜੇ 'ਤੇ ਹੀ ਪੈ ਗਿਆ ਬਿਮਾਰੀ ਇਹੋ ਜਿਹੀ ਭਿਆਨਕ ਲੱਗ ਗਈ ਹੈ। ਹੋਰ ਵੀ ਜਿਹੜੇ ਮਹਾਰਾਜ ਨੂੰ ਛੱਡ ਕੇ ਗਏ ਹਨ ਸਭ ਕੋ ਸੰਕਟ ਲੀਨ ਦਵਾਏ ਸਾਰਿਆਂ ਦੇ ਉੱਪਰ ਹੀ ਸੰਕਟ ਪੈ ਗਿਆ ਬਿਪਤਾ ਪੈ ਗਈ ਕਿਉਂਕਿ ਮਹਾਰਾਜ ਦਾ ਬਚਨ ਸੀ ਵੀ ਜਿਹੜੇ ਛੱਡ ਕੇ ਗਏ ਨੇ ਇਹਨਾਂ ਦੀ ਹੁਣ ਚੰਗੀ ਤਰ੍ਹਾਂ ਸੁੱਖ ਸ਼ਾਂਤ ਨਹੀਂ ਰਹੇਗੀ ਇਹ ਇਸੇ ਤਰ੍ਹਾਂ ਹੀ ਭੜਕਦੇ ਰਹਿਣਗੇ ਅਤੇ ਦੁਖੀ ਹੋਣਗੇ। ਜਿੰਨੇ ਛੱਡ ਕੇ ਗਏ ਸਾਰਿਆਂ ਦੇ ਉੱਪਰ ਕੋਈ ਨਾ ਕੋਈ ਬਿਪਤਾ ਪਈ ਹੈ। ਮਾਸ ਬੀਤਿਓ ਦੁੱਖ ਪਾਵਤ ਭਾਈ ਡੱਲਾ ਅਤੇ ਇਸੇ ਤਰ੍ਹਾਂ ਰਾਮ ਸਿੰਘ ਇਹਨਾਂ ਦੋਵਾਂ ਨੇ ਘਰੇ ਜਾ ਕੇ ਬੜਾ ਹੀ ਦੁੱਖ ਪਾਇਆ। ਦੁੱਖ ਪਾਉਂਦਿਆਂ ਪਾਉਂਦਿਆਂ ਇੱਕ ਮਹੀਨਾ ਹੀ ਬਤੀਤ ਹੋਇਆ। ਮਹਾਰਾਜ ਦੇ ਬਚਨ ਸਨ ਵੀ ਮਹੀਨਾ ਕੋਈ ਜ਼ਿੰਦਗੀ ਕੱਟਣਗੇ ਉਹ ਵੀ ਆਪਣੇ ਕੀਤੇ ਕਰਮਾਂ ਦੀ ਸਜ਼ਾ ਪਾਉਣ ਵਾਸਤੇ ਅਤੇ ਉਸ ਤੋਂ ਮਗਰੋਂ ਇਹਨਾਂ ਨੇ ਸਰੀਰ ਛੱਡ ਜਾਣਾ ਹੈ। ਬਚਨ ਮਹਾਰਾਜ ਜੀਆਂ ਦੇ ਇਸੇ ਤਰ੍ਹਾਂ ਇੱਕ ਮਹੀਨਾ ਬਤੀਤ ਹੋਇਆ ਹੈ। ਰਾਮ ਸਿੰਘ ਤਨ ਤਿਆਗੇ ਉਤਵੈ ਅਤੇ ਕਹਿਣ ਲੱਗੇ ਵੀ ਰਾਮ ਸਿੰਘ ਤਾਂ ਕਮਲਾ ਹੋ ਗਿਆ ਸੀ ਨਾ ਆਪਾਂ ਬਚਨ ਸਰਵਣ ਕੀਤਾ ਵੀ ਕੰਧਾਂ ਨੂੰ ਟੱਕਰਾਂ ਮਾਰਦਾ ਇਹ ਤਾਂ ਟੱਕਰਾਂ ਮਾਰ ਮਾਰ ਕੇ ਅਤੇ ਇੱਕ ਮਹੀਨੇ ਵਿੱਚ ਹੀ ਮਰ ਗਿਆ ਇਹ ਤਾਂ ਮੌਤ ਨੂੰ ਪ੍ਰਾਪਤ ਹੋ ਗਿਆ ਆਪਣਾ ਸਰੀਰ ਛੱਡ ਗਿਆ ਹੈ। ਨਹੀਂ ਕੇਤਕ ਦਿਨ ਦੁੱਖ ਪਾਏ ਇਸੇ ਤਰ੍ਹਾਂ ਹੁਣ ਕਹਿੰਦੇ ਡੱਲੇ ਦੀ ਗੱਲ ਸੁਣੋ ਵੀ ਡੱਲੇ ਨੇ ਵੀ ਬਹੁਤ ਭਾਰੀ ਦੁੱਖ ਆਪਣੇ ਘਰ ਵਿੱਚ ਰਹਿ ਕੇ ਆਪਣੇ ਸਰੀਰ ਦੇ ਉੱਪਰ ਪਾਏ ਬੜਾ ਭਾਰੀ ਸਰੀਰ ਕਰਕੇ ਦੁਖੀ ਹੈ। ਡੱਲਾ ਮਰਿਓ ਰਿਦੇ ਪਛਤਾਏ ਅਤੇ ਡੱਲਾ ਵੀ ਕਹਿੰਦੇ ਇਸ ਤਰ੍ਹਾਂ ਮੰਜੇ 'ਤੇ ਪੈ ਪੈ ਕੇ ਨਾ ਤੜਫ ਤੜਫ ਕੇ ਦੁੱਖ ਸਹਿ ਸਹਿ ਕੇ ਸਰੀਰ ਦੀ ਕਿਸੇ ਬਿਮਾਰੀ ਦੇ ਨਾਲ ਬੜਾ ਦੁਖੀ ਹੋ ਕੇ ਅਤੇ ਡੱਲਾ ਵੀ ਮਹੀਨੇ ਬਾਅਦ ਹੀ ਮਹਾਰਾਜ ਦਮਦਮਾ ਸਾਹਿਬ ਛੱਡ ਕੇ ਜਦੋਂ ਗਏ ਮਹੀਨੇ ਬਾਅਦ ਹੀ ਇਸ ਦੀ ਮੌਤ ਹੋ ਗਈ ਹੈ। ਚੜੀ ਧਾੜ ਪਰ ਲੁੱਟਣ ਆਈ ਇਹ ਕਹਿੰਦਾ ਸੀ ਨਾ ਮਹਾਰਾਜ ਜੇ ਮੈਂ ਚਲਾ ਗਿਆ ਤਾਂ ਮੇਰੇ ਪਿੰਡ ਦੀ ਸੰਭਾਲ ਕੌਣ ਕਰੇਗਾ ਮੇਰੇ ਇਲਾਕੇ ਦੀ ਸੰਭਾਲ ਕੌਣ ਕਰੇਗਾ। ਜਦੋਂ ਲੋਕਾਂ ਨੂੰ ਇਹ ਪਤਾ ਲੱਗਾ ਵੀ ਡੱਲਾ ਮਰ ਗਿਆ ਇਲਾਕੇ ਦਾ ਚੌਧਰੀ ਮਰ ਗਿਆ
ਇੰਨੇ ਚਿਰ ਨੂੰ ਡਾਕੂਆਂ ਦੀ ਧਾੜ ਆਈ, ਉਹਨਾਂ ਨੇ ਆਖਿਆ ਵੀ ਜਿਹੜਾ ਮਾਲਕ ਸੀ ਉਹ ਤਾਂ ਮਰ ਗਿਆ, ਹੁਣ ਪਿੰਡ ਦੀ ਰਾਖੀ ਕੌਣ ਕਰੇਗਾ। ਬਹੁਤ ਸਾਰੇ ਡਾਕੂ ਇਕੱਠੇ ਹੋ ਕੇ ਆਏ ਲੁਟੇਰੇ, ਉਹਨਾਂ ਦੀ ਧਾੜ ਕਈ ਵਾਰੀ ਆ ਕੇ ਫਿਰ ਡੱਲੇ ਦੇ ਪਿੰਡ ਦੇ ਉੱਪਰ ਪਈ ਹੈ। ਡੱਲੇ ਕੋ ਮਰਿਓ ਤੇ ਥਾਈ, ਤੇ ਜਦੋਂ ਉਹਨਾਂ ਨੇ ਵੇਖਿਆ ਵੀ ਡੱਲਾ ਤੇ ਮਰ ਗਿਆ ਹੈ ਤੇ ਡੱਲੇ ਦਾ ਸਾਰਾ ਪਿੰਡ, ਕਹਿੰਦਾ ਸੀ ਨਾ ਪਿੰਡ ਦੀ ਰਾਖੀ ਕਰਨੀ, ਮਹਾਰਾਜ ਮੈਂ ਜਾ ਕੇ ਮੇਰੇ ਬਿਨਾਂ ਪਿੰਡ ਨੂੰ ਕੌਣ ਸੰਭਾਲੇਗਾ, ਘਰਾਂ ਨੂੰ ਕੌਣ ਸੰਭਾਲੇਗਾ, ਹਵੇਲੀਆਂ ਦੀ ਰਾਖੀ ਕੌਣ ਕਰੇਗਾ, ਅਨਾਜ ਦੀ ਰਾਖੀ ਕੌਣ ਕਰੇਗਾ, ਪਸ਼ੂਆਂ ਦੀ ਰਾਖੀ ਕੌਣ ਕਰੇਗਾ ਮੇਰੇ ਬਿਨਾਂ। ਮੈਂ ਇਲਾਕੇ ਦਾ ਬਹੁਤ ਬਾਰ ਹਾਂ, ਵਚਨ ਤਾਂ ਵੱਡੇ ਵੱਡੇ ਕਰਦਾ, ਪਰ ਗੁਰੂ ਪਾਤਸ਼ਾਹ ਦਾ ਸ਼ਰਾਪ ਹੋਣ ਕਰਕੇ ਡੱਲਾ 'ਤੇ ਜਾਂਦਿਆਂ ਹੀ ਮੰਜੇ 'ਤੇ ਪੈ ਗਿਆ ਅਤੇ ਬਿਮਾਰੀ ਨਾਲ ਮਰਿਆ। ਜਦੋਂ ਡਾਕੂਆਂ ਨੇ, ਧਾੜੀਆਂ ਨੇ ਵੇਖਿਆ, ਚੋਰਾਂ ਨੇ ਵੀ ਮਰ ਗਿਆ ਇਸ ਇਲਾਕੇ ਦਾ ਸਰਦਾਰ, ਉਹਨਾਂ ਨੇ ਇਹੋ ਜਿਹਾ ਹਮਲਾ ਕੀਤਾ, ਮੱਝਾਂ ਗਾਵਾਂ ਵੀ ਖੋਲ੍ਹ ਕੇ ਲੈ ਗਏ, ਧਨ ਪਦਾਰਥ ਖੇਤੀਆਂ ਵੀ ਲੁੱਟ ਕੇ ਲੈ ਗਏ। ਇਸ ਤਰ੍ਹਾਂ ਡੱਲੇ ਦਾ ਸਾਰਾ ਨਗਰ ਜਾਂ ਕਹਿ ਲਈਏ ਇਲਾਕਾ ਲੁੱਟਿਆ ਗਿਆ ਹੈ। ਉੱਤੇ ਪੌਤਰ ਦੋ ਖੇਲ ਸੁੱਪਾ, ਗੁਰਮੁਖੋ ਇੱਥੇ ਹੀ ਬਸ ਨਹੀਂ, ਇਹਦੇ ਦੋ ਪੋਤਰੇ ਖੇਡਦੇ ਪਏ ਸਨ। ਡੱਲੇ ਦੇ ਪੋਤਰਿਆਂ ਦੀ ਵੀ ਵੇਖੋ ਕਿਹੋ ਜਿਹੀ ਹਾਲਤ ਹੋਈ, ਪੁੱਤਰਾਂ ਦੀ, ਪੁੱਤਰ ਵੀ ਬਿਮਾਰ ਪੈ ਗਏ ਮੰਜਿਆਂ ਦੇ ਉੱਪਰ ਜਾ ਕੇ। ਇਹਦੇ ਦੋ ਪੋਤਰੇ ਜਿਹੜੇ ਸਨ ਉਸ ਵੇਲੇ ਵੀ ਗਲੀ ਦੇ ਵਿੱਚ ਬਾਹਰ ਕਿਸੇ ਖੁੱਲ੍ਹੇ ਥਾਂ ਦੇ ਵਿੱਚ ਖੇਡਦੇ ਪਏ ਹਨ। ਇਕੱਲੇ ਤਕਵਾ ਦੌਰਿਓ ਆਗੇ, ਗੁਰਮੁਖੋ ਤਕਲਾ ਜਿਹੜਾ ਹੁੰਦਾ ਨਾ, ਜੇ ਚਰਖਾ ਬੀਬੀਆਂ ਕਰਦੀਆਂ ਤੇ ਉਹ ਤਕਲਾ ਹੁੰਦਾ ਨਾ, ਇੱਕ ਨੇ ਤਕਲਾ ਫੜਿਆ ਹੋਇਆ ਸੀ ਹੱਥ ਵਿੱਚ, ਉਹ ਬੱਚੇ ਖੇਡਦੇ ਪਏ ਸਨ ਆਪਸ ਵਿੱਚ ਕੋਈ ਤਕਲੇ ਦੀ ਖੇਡ ਦੇ ਨਾਲ, ਤੇ ਬੜਾ ਤਿੱਖਾ ਹੁੰਦਾ। ਕਹਿਣ ਲੱਗੇ ਇਹ ਦੋਨੇ ਭਰਾ ਪੋਤਰੇ ਡੱਲੇ ਦੇ ਚਰਖੇ ਦਾ ਤਕਲਾ ਲੈ ਕੇ ਤੇ ਉਸ ਵੇਲੇ ਆਪਸ ਵਿੱਚ ਖੇਡਦੇ ਪਏ ਹਨ। ਇੱਕ ਪਾਸੇ ਪਕਰਨ ਕੋ ਧਾਇਓ, ਹੁਣ ਜਦੋਂ ਖੇਡਦੇ ਪਏ, ਇੱਕ ਜਾਣੇ ਨੂੰ ਤਕਲਾ ਫੜਿਆ ਚਰਖੇ ਦਾ ਹੱਥ ਵਿੱਚ ਤੇ ਉਹ ਭੱਜ ਪਿਆ ਗਿਆ ਤੇ ਦੂਜਾ ਜਾਣਾ ਉਹਦੇ ਮਗਰ ਭੱਜ ਪਿਆ ਵੀ ਮੈਂ ਇਹਨੂੰ ਫੜਦਾ ਵੀ ਇਹ ਭੱਜ ਕੇ ਕਿਉਂ ਚੱਲਿਆ। ਹੁਣ ਬੱਚਿਆਂ ਦਾ ਸੁਭਾਅ ਹੁੰਦਾ ਨਾ, ਇੱਕ ਬੱਚਾ ਭੱਜੇ ਤੇ ਦੂਜੇ ਮਗਰ ਉਹਦੇ ਭੱਜੇ ਜਾਂਦੇ। ਜਦੋਂ ਡੱਲੇ ਦਾ ਇੱਕ ਪੋਤਰਾ ਭੱਜਿਆ ਤਕਲਾ ਲੈ ਕੇ ਤੇ ਦੂਜਾ ਵੀ ਉਹਦੇ ਮਗਰ ਫੜਨ ਵਾਸਤੇ ਚੱਲਿਆ, ਗਿਰਿਓ ਕਰੇਜਾ ਤੱਕ ਵੇਖਾਇਓ, ਤੇ ਕਹਿਣ ਲੱਗੇ ਵੀ ਰੱਬ ਦੀ ਦੇਵਨੇਤ ਵੇਖੋ ਕਿਹੋ ਜੀ, ਉਹ ਬੱਚਾ ਜਿਹੜਾ ਅੱਗੇ ਭੱਜਾ ਜਾਂਦਾ ਸੀ ਨਾ ਤਕਲਾ ਲੈ ਕੇ, ਉਹਨੂੰ ਪੈਰ ਦਾ ਠੇਡਾ ਲੱਗਾ ਤੇ ਉਹ ਡਿੱਗ ਪਿਆ। ਹੱਥ ਵਿੱਚ ਤਕਲਾ ਫੜਿਆ ਸੀ, ਉਹ ਹੱਥ ਥੱਲੇ ਆ ਗਿਆ ਅਤੇ ਉਹ ਤਕਲਾ ਜਿਹੜਾ ਛਾਤੀ ਵਿੱਚ ਖੁੱਭ ਗਿਆ, ਜਾ ਕੇ ਦਿਲ ਦੇ ਵਿੱਚ ਖੁੱਭ ਗਿਆ ਬੱਚੇ ਦੇ। ਅਤੇ ਕਹਿਣ ਲੱਗੇ ਉਹ ਜਿਹੜਾ ਅੱਗੇ ਅੱਗੇ ਦੌੜਿਆ ਜਾਂਦਾ ਸੀ, ਉਹ ਤਕਲਾ ਖੁੱਭਣ ਕਰਕੇ ਮੌਕੇ 'ਤੇ ਉਸਦੀ ਮੌਤ ਹੋ ਗਈ ਹੈ। ਦੁੱਤੀ ਸ਼ੀਤਲਾ 'ਤੇ ਮਰ ਗਏ, ਅਤੇ ਜਿਹੜਾ ਦੂਜਾ ਪੋਤਰਾ ਸੀ ਨਾ ਮਗਰ ਦੌੜਿਆ ਜਾਂਦਾ ਡੱਲੇ ਦਾ, ਉਹਨੂੰ ਸ਼ੀਤਲਾ ਕਹੀਏ ਚੇਤਕ ਚੇਚਕ ਦੀ ਬਿਮਾਰੀ ਹੋ ਗਈ, ਬੜੀ ਨਾਮਰਾਦ ਬਿਮਾਰੀ। ਭਾਵੇਂ ਚਲੋ ਅੱਜ ਦੇ ਸਮੇਂ ਵਿੱਚ ਕਈ ਤਰ੍ਹਾਂ ਦੇ ਇਲਾਜ ਨੇ, ਉਦੋਂ ਇਹ ਬਿਮਾਰੀਆਂ ਲਾ ਇਲਾਜ ਸਨ, ਇਹਨਾਂ ਦਾ ਇਲਾਜ ਕੋਈ ਨਹੀਂ ਹੈ। ਕਹਿਣ ਲੱਗੇ ਐਸੀ ਭਿਆਨਕ ਬਿਮਾਰੀ ਜਿਸ ਨੂੰ ਚੇਚਕ ਕਿਹਾ ਜਾਂਦਾ ਹੈ, ਦਾਣੇ ਨਿਕਲਾਏ ਸਰੀਰ ਦੇ ਉੱਪਰ, ਅਤੇ ਕਹਿਣ ਲੱਗੇ ਇਸ ਬਿਮਾਰੀ ਦੇ ਨਾਲ ਦੂਜਾ ਵੀ ਮਰ ਗਿਆ ਹੈ। ਸਭ ਬੰਸ਼ ਬਿਨਾਸ਼ੀ ਪਏ, ਇਸ ਤਰ੍ਹਾਂ ਕਹਿਣ ਲੱਗੇ ਵੀ ਡੱਲੇ ਦੀ ਸਾਰੀ ਬੰਸ਼ੀ ਨਾਸ਼ ਹੋ ਗਈ, ਖਾਨਦਾਨ ਰਿਹਾ ਹੀ ਕੋਈ ਨਹੀਂ ਹੈ, ਸਾਰੀ ਇਸ ਤਰ੍ਹਾਂ ਬੇਮੁੱਖ ਹੋਣ ਕਰਕੇ ਮਰ ਗਏ ਹਨ। ਜੋ ਜੋ ਭਾਜੇ ਬਿਨ ਬਚਮਨੇ, ਜਿਨ੍ਹਾਂ ਜਿਨ੍ਹਾਂ ਨੇ ਭਜਦਾ ਕੀਤਾ, ਗੁਰੂ ਦੇ ਬਚਨ ਨਹੀਂ ਨਾ ਮੰਨੇ, ਸਤਿਗੁਰੂ ਕਹਿੰਦੇ ਸਨ ਨਾਲ ਚੱਲੋ ਸਾਡੇ, ਤੁਹਾਨੂੰ ਰਾਜ ਭਾਗ ਬਖਸ਼ਿਸ਼ ਕਰਾਂਗੇ, ਵਡਿਆਈਆਂ ਦੇਵਾਂਗੇ, ਖੁਸ਼ੀਆਂ ਦੇਵਾਂਗੇ ਆਉਣ ਵਾਲੇ ਸਮੇਂ ਦੀਆਂ। ਪਰ ਕਈ ਵਾਰੀ ਬੰਦਾ ਬਹੁਤੇ ਮਾਣ ਵਿੱਚ ਆ ਜਾਂਦਾ ਹੈ, ਗੁਰੂ ਦੇ ਬਚਨ ਦੇ ਉੱਪਰ ਭਰੋਸਾ ਨਹੀਂ ਰੱਖਦਾ, ਜਿਹੜੇ ਜਿਹੜੇ ਇਸ ਤਰ੍ਹਾਂ ਭਜੇ ਹਨ, ਸੰਕਟ ਪਾਏ ਸੋ ਤਤਸ਼ਨ ਹਨ, ਅਤੇ ਛੇਤੀ ਨਾਲ ਫਿਰ ਉਹ ਸੰਕਟ ਪਾ ਕੇ ਅਤੇ ਇਸ ਦੁਨੀਆ ਤੋਂ ਜਿਹੜੇ ਸਨ ਉਹ ਮੌਤ ਨੂੰ ਪ੍ਰਾਪਤ ਹੋਏ। ਹੁਣ ਗੁਰਮੁਖੋ ਕਈ ਵਿਦਵਾਨਾਂ ਦੀ ਵਿਚਾਰ ਇਹ ਹੈ ਕਿ ਭਾਈ ਡੱਲੇ ਦਾ ਪਰਿਵਾਰ ਅਜੇ ਵੀ ਤਲਵੰਡੀ ਨਗਰ ਦੇ ਵਿੱਚ ਦਮਦਮਾ ਸਾਹਿਬ ਦੇ ਵਿੱਚ ਸ਼ਸਤਰਾਂ ਦੇ ਦਰਸ਼ਨ ਕਰਾਉਂਦਾ ਹੈ, ਆਉਂਦੇ ਵੀ ਇਹ ਡੱਲੇ ਦੀ ਹਵੇਲੀ ਹੈ, ਉੱਥੇ ਸ਼ਸਤਰਾਂ ਦੇ ਦਰਸ਼ਨ, ਕੁਝ ਮਹਾਰਾਜ ਦੀਆਂ ਹੋਰ ਦਾਤਾਂ ਨੇ ਵਸਤੂਆਂ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਸਤਰ ਸ਼ਸਤਰ ਔਰ ਹੋਰ ਵੀ ਕੁਝ ਵਸਤੂਆਂ ਦੇ ਦਰਸ਼ਨ ਕਰਵਾਏ ਜਾਂਦੇ। ਅਤੇ ਵਿਦਵਾਨਾਂ ਦੀ ਵਿਚਾਰ ਇਹ ਹੈ
ਵੀ ਹੋ ਸਕਦਾ ਵੀ ਡੱਲੇ ਦੇ ਭਰਾਵਾਂ ਦੀ ਅੰਸ ਬੰਸ ਅੱਗੇ ਚੱਲੀ ਹੋਵੇ ਅਤੇ ਉਹਨਾਂ ਦੇ ਖਾਨਦਾਨ ਵਿੱਚ ਉਹ ਪਰਿਵਾਰਕ ਮੈਂਬਰ ਹੋਣ ਜਿਹੜੇ ਦਰਸ਼ਨ ਕਰਵਾਉਂਦੇ ਪਏ। ਅਤੇ ਕਈਆਂ ਦੀ ਵਿਚਾਰ ਇਹ ਆ ਵੀ ਹੋ ਸਕਦਾ ਵੀ ਡੱਲੇ ਦੇ ਕਿਸੇ ਪੁੱਤਰ ਦੀ ਕੋਈ ਸੰਤਾਨ ਕੋਈ ਬੱਚਾ ਬਚ ਵੀ ਗਿਆ ਹੋਵੇ ਅਤੇ ਹੋ ਸਕਦਾ ਵੀ ਉਹਦੀ ਸੰਤਾਨ ਹੋਵੇ। ਬਸ ਇਹ ਰਲਾ ਹੀ ਹੈ ਵੀ ਆਪੋ ਆਪਣੀਆਂ ਵਿਚਾਰਾਂ ਨੇ ਅਤੇ ਚੰਗੀ ਤਰ੍ਹਾਂ 'ਤੇ ਸਪਸ਼ਟੀਕਰਨ ਕਿਸੇ ਕੋਲ ਵੀ ਨਹੀਂ ਹੈ। ਪਰ ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਡੱਲੇ ਦੀ ਕੁੱਲ ਇਸ ਤਰ੍ਹਾਂ ਨਾਸ਼ ਹੋਈ ਹੈ ਵੀ ਹੋ ਸਕਦਾ ਉਹਦੇ ਭਰਾ ਦੀ ਕੁੱਲ ਅੱਗੇ ਭਰਾਵਾਂ ਦੀ ਕੋਈ ਚੱਲੀ ਅਤੇ ਉਹਦੇ ਖਾਨਦਾਨ ਵਿੱਚੋਂ ਹੋਣ ਕੁਝ ਲੋਕ ਜਿਹੜੇ ਅੱਜ ਆਪਣੇ ਆਪ ਨੂੰ ਡੱਲੇ ਦਾ ਵਾਰਸ ਕਹਾਉਂਦੇ, ਜਾਂ ਕਹਿ ਲਈਏ ਵੀ ਇਹਦੇ ਕਿਸੇ ਪੁੱਤਰ ਦੇ ਅੱਗੇ ਕੋਈ ਬੱਚਾ ਹੋ ਸਕਦਾ। ਇਹ ਵਿਚਾਰ ਹੈ ਭਾਈ ਆਪੋ ਆਪਣੇ। ਕਹਿੰਦੇ ਇਸ ਤਰ੍ਹਾਂ ਭਾਈ ਡੱਲਾ ਦੁੱਖ ਪਾ ਕੇ ਮੌਤ ਨੂੰ ਪ੍ਰਾਪਤ ਹੋਇਆ ਹੈ। ਸ਼ਰਾਪਤ ਕਰ ਪ੍ਰਭੂ ਪਿਆਣੇ, ਸਤਿਗੁਰੂ ਪਾਤਸ਼ਾਹ ਇਸ ਤਰ੍ਹਾਂ ਕਰਨੀ ਦਾ ਡੰਡ ਦਿੰਦੇ ਮਾਰ, ਜਾਣ ਬੁੱਝ ਕੇ ਸ਼ਰਾਪ ਨਹੀਂ ਦਿੰਦੇ ਕਿਸੇ ਨੂੰ। ਜਿਹੋ ਜਿਹੀ ਕੋਈ ਕਰਨੀ ਕਰਦਾ, ਜਿਹੋ ਜਿਹੀ ਕਰਤੂਤ ਕਰਦਾ ਹੈ, ਆਪਣੀ ਕਰਤੂਤ ਦੇ ਮੁਤਾਬਕ ਮਹਾਰਾਜ ਦੇ ਕੋਲੋਂ ਬਚਨ ਉਸ ਤਰ੍ਹਾਂ ਦੇ ਹੀ ਮਿਲ ਜਾਂਦੇ। ਇਤਿਹਾਸ ਵਿੱਚ ਆ ਪਿੱਛੇ ਬਚਨ ਸਰਵਣ ਕਰਕੇ ਆਏ, ਜਦੋਂ ਮਹਾਰਾਜ ਨੇ ਇੱਕ ਸਿੱਖ ਨੂੰ ਆਖਿਆ ਸੀ ਨਾ ਸਾਨੂੰ ਆਪਣਾ ਘੋੜਾ ਦੇ ਦੇ, ਅਸੀਂ ਪਲੰਘ ਤੋਂ ਥੱਲੇ ਉਤਰਨਾ ਚਾਹੁੰਦੇ, ਘੋੜੇ 'ਤੇ ਚੜ੍ਹ ਕੇ ਜਾਣਾ ਚਾਹੁੰਦੇ, ਅਤੇ ਉਹਨੇ ਇੱਕ ਭੈੜੀ ਜੀ ਖੱਚਰ ਲਿਆ ਕੇ ਖੜੀ ਕਰ ਦਿੱਤੀ। ਮਹਾਰਾਜ ਆਹ ਹੀ ਹੈ ਮੇਰੇ ਘਰ ਵਿੱਚ, ਦੂਜਾ ਤਾਂ ਮੇਰਾ ਜਵਾਈ ਲੈ ਗਿਆ। ਮਹਾਰਾਜ ਹੱਸ ਪੈ, ਕਹਿਣ ਲੱਗੇ ਉਹ ਭਾਈ ਸਿੱਖਾ, ਇਹੋ ਜਿਹੀ ਖੱਚਰ ਉੱਪਰ ਅਸੀਂ ਥੋੜ੍ਹੀ ਸਵਾਰੀ ਕਰਾਂਗੇ, ਸਾਨੂੰ ਤਾਂ ਵਧੀਆ ਕੋਈ ਨਸਲ ਦਾ ਘੋੜਾ ਚਾਹੀਦਾ। ਮਹਾਰਾਜ ਉਹ ਤਾਂ ਹੈ ਹੀ ਨਹੀਂ, ਬਹਾਨਾ ਮਾਰਿਆ ਉਸਨੇ। ਸਤਿਗੁਰੂ ਪਾਤਸ਼ਾਹ ਕਹਿੰਦੇ ਚਲੋ ਤੇਰੀ ਮਰਜ਼ੀ ਹੈ, ਜੇ ਨਹੀਂ ਹੈ ਤਾਂ ਫਿਰ ਨਹੀਂ ਹੋਵੇਗਾ, ਅਤੇ ਨਾ ਹੀ ਉਹ ਘੋੜਾ ਰਹਿਣਾ ਅਤੇ ਨਾ ਫਿਰ ਘੋੜੇ ਦਾ ਮਾਲਕ ਰਹਿਣਾ, ਸੁਭਾਵਿਕ ਬਚਨ ਹੋਏ ਨਾ। ਅਤੇ ਜਿੰਨੇ ਚਿਰ ਨੂੰ ਘਰ ਗਿਆ ਨਾ, ਜਾ ਕੇ ਕੀ ਵੇਖਦਾ ਅੱਗੇ ਤਾਂ ਉਹ ਘੋੜਾ ਜਦੋਂ ਘਰ ਜਾਂਦਾ ਮਾਲਕ ਤਾਂ ਘੋੜਾ ਪੂਛ ਹਿਲਾਉਂਦਾ ਹਿਣਕਦਾ ਵੀ ਹੈ, ਅੱਜ ਉਹ ਘੋੜਾ ਹਿੱਲਿਆ ਹੀ ਨਹੀਂ। ਇਹਨੇ ਵੇਖਿਆ ਵੀ ਘੋੜੇ ਨੂੰ ਕੀ ਹੋਇਆ, ਜਦੋਂ ਕੋਲ ਜਾ ਕੇ ਵੇਖਿਆ ਤਾਂ ਘੋੜਾ ਮਰਿਆ ਪਿਆ। ਘੋੜੇ ਮਰੇ ਨੂੰ ਵੇਖ ਕੇ ਜਦੋਂ ਉਹਦੇ ਪਿੰਡੇ ਨੂੰ ਜਾ ਕੇ ਹੱਥ ਪਾਉਣ ਲੱਗਾ, ਅਤੇ ਉਸ ਵੇਲੇ ਸੱਪ ਕੋਲ ਹੀ ਬੈਠਾ ਸੀ, ਉਹਨੂੰ ਵੀ ਨਾਲ ਹੀ ਲੜਿਆ, ਮਾਲਕ ਵੀ ਮਰ ਗਿਆ, ਘੋੜਾ ਵੀ ਮਰ ਗਿਆ। ਇਹ ਤਾਂ ਗੁਰਮੁਖੋ ਵੀ ਆਪੋ ਆਪਣੀ ਕਰਨੀ ਹੈ, ਜਿਵੇਂ ਦੀ ਕੋਈ ਕਰਨੀ ਕਰਦਾ ਉਵੇਂ ਦਾ ਫਲ ਨਾਲ ਦੀ ਨਾਲ ਹੀ ਉਸਨੂੰ ਮਿਲ ਜਾਂਦਾ ਹੈ। ਇਹ ਜਿਵੇਂ ਰਾਮ ਸਿੰਘ ਨੇ ਕੀਤਾ, ਡੱਲੇ ਨੇ ਕੀਤਾ, ਆਪਣੀ ਕਰਨੀ ਦੇ ਫਲ ਉਸੇ ਤਰ੍ਹਾਂ ਪਾ ਲਏ ਹਨ। ਪਹੁੰਚੇ ਮਧੂ ਸਿੰਘਾਣੇ, ਅਤੇ ਸਤਿਗੁਰੂ ਪਾਤਸ਼ਾਹ ਚੱਲਦਿਆਂ ਚੱਲਦਿਆਂ ਇਹ ਮਧੂ ਸਿੰਘਾਣੇ ਗੁਰਮੁਖੋ ਪਿੰਡ ਦਾ ਨਾਮ ਹੈ, ਮਧੂ ਸਿੰਘਾਣਾ ਪਿੰਡ, ਕਹਿੰਦੇ ਉੱਥੇ ਚੱਲ ਕੇ ਪਹੁੰਚੇ ਹਨ। ਅਸ਼ਟ ਦਸ ਡੇਰਾ ਕੀ, ਇੱਥੇ 18 ਕੋਹ ਦੂਰੀ 'ਤੇ ਇਹ ਪੁਸ਼ਕਰ ਨਾਮ ਦਾ ਇੱਕ ਤੀਰਥ ਹੈ, ਜੈਪੁਰ ਦੇ ਨੇੜੇ, ਕਹਿੰਦੇ ਵੀ ਅਜਮੇਰ ਦੇ ਨੇੜੇ ਕੋ ਵਸਿਆ ਹੋਇਆ ਸ਼ਹਿਰ ਹੈ, ਜਿਸ ਨੂੰ ਪੁਸ਼ਕਰ ਕਿਹਾ ਜਾਂਦਾ ਹੈ। ਇਹ ਹਿੰਦੁਸਤਾਨ ਦੀ ਧਰਤੀ 'ਤੇ ਜਾਣ ਕਹਿ ਲਈਏ ਵੀ ਪੂਰੀ ਦੁਨੀਆ 'ਤੇ ਇੱਕ ਇਹ ਸ਼ਹਿਰ ਹੈ ਜਿੱਥੇ ਬਰਮਾ ਦਾ ਇੱਕੋ ਹੀ ਮੰਦਰ ਬਣਿਆ ਹੈ, ਇਹਦੇ ਤੋਂ ਬਿਨਾਂ ਹੋਰ ਕਿਤੇ ਵੀ ਬਰਮਾ ਦਾ ਕੋਈ ਮੰਦਰ ਨਹੀਂ ਹੈ। ਪੂਰੀ ਦੁਨੀਆ ਵਿੱਚ ਬਰਮਾ ਦਾ ਇੱਕੋ ਮੰਦਰ ਹੀ ਹੈ, ਅਤੇ ਉਹ ਹੈ ਪੁਸ਼ਕਰ ਸ਼ਹਿਰ ਦੇ ਵਿੱਚ ਬਣਿਆ ਹੋਇਆ। ਉਸ ਤੋਂ ਬਾਅਦ ਵਿੱਚ ਬਰਮਾ ਦਾ ਕਿਸੇ ਨੇ ਮੰਦਰ ਨਹੀਂ ਬਣਾਇਆ ਅਤੇ ਨਾ ਹੀ ਕੋਈ ਹੈ। ਇਹ ਪੁਸ਼ਕਰ ਸ਼ਹਿਰ ਬੜਾ ਮਸ਼ਹੂਰ ਹੈ। ਔਰੰਗਜ਼ੇਬ ਨੇ ਇਸ ਸ਼ਹਿਰ ਵਿੱਚ ਪਹੁੰਚ ਕੇ ਇੱਥੋਂ ਦੇ ਮੰਦਰ ਤੋੜ ਤੋੜ ਕੇ, ਬਰਮਾ ਦਾ ਮੰਦਰ ਵੀ ਤੋੜ ਦਿੱਤਾ ਸੀ ਜਾ ਕੇ ਔਰੰਗਜ਼ੇਬ ਨੇ, ਅਤੇ ਉਹ ਤੋੜ ਕੇ ਅਤੇ ਉਹਦਾ ਚੂਨਾ ਬਣਾ ਕੇ ਅਤੇ ਉੱਥੇ ਮਸੀਤਾਂ ਬਣਾ ਦਿੱਤੀਆਂ ਸਨ। ਇਹ ਪਿੱਛੇ ਇਤਿਹਾਸ ਵਿੱਚ ਆਪ ਜੀ ਨੇ ਬਚਨ ਸਰਵਣ ਕੀਤਾ। ਮਹਾਰਾਜ ਚੱਲਦਿਆਂ ਚੱਲਦਿਆਂ ਇੱਥੇ ਪੁਸ਼ਕਰ ਦੇ ਨੇੜੇ ਇਹ ਪਿੰਡ ਦਾ ਨਾਮ ਆ ਗਿਆ ਜੀ ਮਧੂ ਸਿੰਘਾਣਾ, ਇੱਥੇ ਮਹਾਰਾਜ ਪਹੁੰਚੇ ਹਨ। ਸੰਧਿਆ ਸਮੇਂ ਆਣ ਤਾਂ ਭਇਓ, ਅਤੇ ਇੱਥੇ ਸੰਧਿਆ ਦਾ ਸਮਾਂ ਹੋ ਗਿਆ। ਮਹਾਰਾਜ ਨਾ ਜਾਣ ਬੁੱਝ ਕੇ ਨਹੀਂ ਰੁਕੇ, ਪਾਤਸ਼ਾਹ ਪਰਖ ਕਰਨੀ ਚਾਹੁੰਦੇ ਇੱਕ ਸਿੱਖ ਦੀ ਨਾਲ ਵੀ, ਵੇਖੀਏ ਭਲਾ ਇਹ ਕਿਵੇਂ ਪਰਖ ਵਿੱਚ ਪੂਰੇ ਉਤਰਦੇ। ਚੱਲਦਿਆਂ ਚੱਲਦਿਆਂ ਮਹਾਰਾਜ ਪਹੁੰਚੇ। ਹੁਣ ਸਤਿਗੁਰਾਂ ਨੇ ਵੇਖ ਲਿਆ ਵੀ ਸਮਾਂ ਤਾਂ ਡਾਢਾ ਹੋ ਗਿਆ, ਹੁਣ ਤਾਂ ਰਾਤ ਪੈਣ ਵਾਲੀ ਹੈ,
ਮਹਾਰਾਜ ਰਾਤ ਦਾ ਸਮਾਂ ਜਾਣ ਕੇ ਸ੍ਰੀ ਗੁਰਮਨ ਮੈਂ ਇਮ ਠਹਿਰਾ। ਸਤਿਗੁਰੂ ਪਾਤਸ਼ਾਹ ਦੇ ਮਨ ਵਿੱਚ ਗੱਲ ਆ ਗਈ, ਕਹਿੰਦੇ ਅੱਜ ਆ ਦੋ ਸਿੱਖਾਂ ਦੀ ਪਰਖ ਕਰਨੀ ਚਾਹੀਦੀ ਹੈ, ਭਾਈ ਪਰਮ ਸਿੰਘ, ਭਾਈ ਧਰਮ ਸਿੰਘ। ਇਹ ਭਾਈ ਰੂਪੇ ਦੀ ਕੁੱਲ ਵਿੱਚੋਂ ਸਨ, ਤਰਖਾਣ ਸਿੱਖ ਮਹਾਰਾਜ ਦੇ। ਇਹ ਮਹਾਰਾਜ ਵਾਸਤੇ ਰੋਜ਼ ਨਵਾਂ ਪਲੰਘ ਬਣਾਉਂਦੇ ਸਨ ਬੈਠਣ ਵਾਸਤੇ। ਅੱਜ ਮਹਾਰਾਜ ਦੇ ਮਨ ਵਿੱਚ ਆਇਆ ਵੀ ਅੱਜ ਤਾਂ ਹਨੇਰਾ ਹੋ ਗਿਆ, ਹੁਣ ਤਾਂ ਸੂਰਜ ਅਸਤ ਹੋ ਚੱਲਿਆ, ਇੰਨੀ ਛੇਤੀ ਇਹਨਾਂ ਤੋਂ ਪਲੰਘਾ ਨਹੀਂ ਬਣਨਾ ਹੈ। ਅਤੇ ਵੇਖਦੇ ਹਾਂ ਵੀ ਅੱਜ ਇਹ ਆਪਣਾ ਪ੍ਰਣ ਪੂਰਾ ਕਰਦੇ ਪਲੰਘਾ ਬਣਾਉਣ ਵਾਲਾ ਕਿ ਨਹੀਂ ਕਰਦੇ। ਮਹਾਰਾਜ ਇਹ ਵੇਖਣ ਵਾਸਤੇ ਸੱਚੇ ਪਾਤਸ਼ਾਹ ਉਸ ਵੇਲੇ ਮਹਾਰਾਜ ਦੇ ਮਨ ਵਿੱਚ ਇਹ ਗੱਲ ਆਈ ਹੈ। ਪਰਮ ਸਿੰਘ ਜੇ ਦੋਨੋਂ ਭਾਈ, ਇਹ ਭਾਈ ਪਰਮ ਸਿੰਘ ਅਤੇ ਭਾਈ ਧਰਮ ਸਿੰਘ, ਇਹ ਦੋਨੇ ਹੀ ਭਰਾ ਮਹਾਰਾਜ ਦੀ ਸੇਵਾ ਵਿੱਚ ਇਹ ਰਹਿੰਦੇ। ਗੁਰਮੁਖੋ ਇੱਕ ਵਾਰੀ ਇਹ ਦੋਨੇ ਜਾਣੇ ਨਾ ਮਹਾਰਾਜ ਦੀ ਆਗਿਆ ਲੈ ਕੇ ਪਿੰਡ ਚਲੇ ਗਏ ਸਨ, ਅਤੇ ਇਹਨਾਂ ਦੇ ਪਰਿਵਾਰ ਨੇ ਇਹਨਾਂ ਨੂੰ ਘਰੇ ਨਹੀਂ ਸੀ ਵਾੜਿਆ। ਕਹਿੰਦੇ ਮੁੜ ਜਾਓ ਜਿੱਧਰੋਂ ਆਏ ਜੇ, ਤੁਸੀਂ ਗੁਰੂ ਦੀ ਆਗਿਆ ਲੈ ਕੇ ਨਹੀਂ ਆਏ, ਭਗੌੜੇ ਹੋ ਕੇ ਆਏ, ਭਗੌੜਿਆਂ ਨੂੰ ਅਸੀਂ ਘਰੇ ਨਹੀਂ ਵੜਨ ਦੇਣਾ। ਉਸੇ ਵੇਲੇ ਪਿੱਛੇ ਭਜਾ ਦਿੱਤਾ ਸੀ ਇਹਨਾਂ ਨੂੰ, ਇਹ ਫਿਰ ਮਹਾਰਾਜ ਦੇ ਕੋਲ ਆਏ ਸਨ। ਸੋ ਉਹ ਇਤਿਹਾਸ ਆਪਾਂ ਅੱਗੇ ਸਰਵਣ ਕਰਾਂਗੇ। ਇਹ ਦੋਨੇ ਭਰਾ ਨੇ ਭਾਈ ਪਰਮ ਸਿੰਘ, ਧਰਮ ਸਿੰਘ ਹਨ। ਨਵੋਂ ਮੰਚ ਕਿਮ ਆਜ ਬਣਾਵੇ, ਸਤਿਗੁਰੂ ਸੋਚਦੇ ਪਏ ਵੀ ਅੱਜ ਵੇਖਦੇ ਹਾਂ ਹਨੇਰਾ ਹੋ ਗਿਆ, ਸੂਰਜ ਛਿਪ ਚੱਲਿਆ ਹੈ, ਅੱਜ ਭਲਾ ਇੰਨੀ ਛੇਤੀ ਕਿਵੇਂ ਪਲੰਘਾ ਬਣਾ ਦੇਣਗੇ। ਪਲੰਘ ਬਣਾਉਣ ਵਾਸਤੇ ਟਾਈਮ ਤਾਂ ਲੱਗਦਾ ਹੀ ਹੈ ਨਾ, ਸਮਾਂ ਤਾਂ ਲੱਗਦਾ ਹੀ ਹੈ। ਅੱਜ ਵੇਖਦੇ ਹਾਂ ਵੀ ਇੰਨੀ ਛੇਤੀ ਕਿਵੇਂ ਬਣਾਉਂਦੇ ਹਨ। ਦੇਖ ਲਿਓ ਕਿਵ ਸਿਦਕ ਕਮਾ, ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਅੱਜ ਵੇਖਾਂਗੇ ਵੀ ਇਹ ਆਪਣੀ ਜਿਹੜੀ ਇਹਨਾਂ ਨੇ ਪ੍ਰਣ ਕੀਤਾ ਵੀ ਜਿੰਨਾ ਚਿਰ ਅਸੀਂ ਗੁਰੂ ਦੇ ਨਾਲ ਰਹਿਣਾ ਉਹਨਾਂ ਚਿਰ ਮਹਾਰਾਜ ਵਾਸਤੇ ਨਵਾਂ ਪਲੰਘਾ ਦੇਣਾ। ਅੱਜ ਵੇਖਦੇ ਹਾਂ ਵੀ ਇਹ ਪਲੰਘਾ ਪੂਰਾ ਦੇ ਪਾਉਂਦੇ ਜਾਂ ਵੀ ਬਚਨ ਨੂੰ ਅੱਜ ਹਾਰ ਜਾਂਦੇ ਹਨ। ਦਿਨ ਨਹਿ ਕਛੂ ਰਹਿਓ ਇਸ ਕਾਲ, ਸਤਿਗੁਰੂ ਪਾਤਸ਼ਾਹ ਨੇ ਵੇਖਿਆ ਵੀ ਸੂਰਜ ਤੇ ਸ਼ਿਵ ਚੱਲਿਆ ਹੈ, ਦਿਨ ਤੇ ਰਹਿ ਹੀ ਨਹੀਂ ਗਿਆ। ਰਹਿਰਾਜ ਸਾਹਿਬ ਜੀ ਦਾ ਪਾਠ ਹੋ ਚੁੱਕਿਆ ਦੀਵਾਨ ਦੇ ਵਿੱਚ, ਹੁਣ ਤਾਂ ਬਸ ਅਰਦਾਸ ਬੇਨਤੀ ਹੋਣੀ ਹੈ, ਅਤੇ ਫਿਰ ਬਾਅਦ ਵਿੱਚ ਮਹਾਰਾਜ ਨੇ ਪਲੰਘੇ 'ਤੇ ਆਰਾਮ ਕਰਨਾ। ਸਤਿਗੁਰੂ ਵੀ ਵੇਖਦੇ ਪਏ ਵੀ ਦਿਨ ਤੇ ਛਿਪ ਗਿਆ ਹੈ, ਅੱਜ ਵੇਖਦੇ ਹਾਂ ਵੀ ਇਹ ਦੋਨੇ ਭਰਾ ਆਪਣਾ ਕਿਵੇਂ ਬਚਨ ਪੂਰਾ ਕਰਦੇ ਹਨ। ਆਜ ਨਾ ਬਣੇ ਕਿਸੂ ਬਿਦਨਾ, ਅਤੇ ਸਤਿਗੁਰੂ ਇਹ ਜਾਣ ਗਿਆ ਵੀ ਨਹੀਂ ਅੱਜ ਬਣ ਹੀ ਨਹੀਂ ਸਕਦਾ, ਭਾਵੇਂ ਹੁਣੇ ਹੀ ਲੱਗ ਪੈਣ, ਭਾਵੇਂ ਸਾਰਾ ਇਹਨਾਂ ਕੋਲ ਮਟੀਰੀਅਲ ਹੋਵੇ, ਪਰ ਇਹ ਬਣ ਹੀ ਨਹੀਂ ਸਕਦਾ। ਭਾਵੇਂ ਸੇਰੂ ਕੋਲ ਹੋਣ, ਪਾਵੇ ਕੋਲ ਹੋਣ, ਲੱਕੜ ਕੋਲ ਹੋਵੇ, ਸਾਰਾ ਕੁਝ ਹੀ ਕੋਲ ਹੋਵੇ, ਪਰ ਇਹ ਅੱਜ ਨਹੀਂ ਮੰਜਾ ਬਣਨਾ। ਅੱਜ ਭਾਵੇਂ ਯਤਨ ਕਰ ਵੀ ਲੈਣ, ਮਹਾਰਾਜ ਇਸ ਤਰ੍ਹਾਂ ਵੇਖਦੇ ਪਏ ਹਨ। ਤਬ ਦੋਵੇਂ ਭਰਾਤਾ ਉਦਮਕੀਨ, ਗੁਰਮੁਖੋ ਜਦੋਂ ਇਹਨਾਂ ਦੋਵਾਂ ਭਰਾਵਾਂ ਨੇ ਵੇਖਿਆ ਨਾ ਪਰਮ ਸਿੰਘ ਧਰਮ ਸਿੰਘ ਨੇ ਵੀ ਸੂਰਜ 'ਤੇ ਛਿਪ ਗਿਆ, ਅਤੇ ਸਾਡਾ ਤਾਂ ਪ੍ਰਣ ਸੀਗਾ ਵੀ ਮਹਾਰਾਜ ਨੂੰ ਨਵੇਂ ਪਲੰਘੇ ਦੇ ਉੱਪਰ ਹੀ ਰਾਤ ਨੂੰ ਬਿਰਾਜਮਾਨ ਕਰਨਾ। ਅਤੇ ਉਸ ਵੇਲੇ ਦੋਵਾਂ ਭਰਾਵਾਂ ਨੇ ਸਲਾਹ ਕੀਤੀ ਵੀ ਆਪਾਂ ਕੀ ਕਰੀਏ, ਪ੍ਰਣ ਵੀ ਨਹੀਂ ਹਾਰਨਾ ਹੈ, ਪਲੰਘਾ ਵੀ ਬਣਾਉਣਾ ਹੈ। ਅਤੇ ਉਸ ਵੇਲੇ ਦੋਨੇ ਮਿਸਤਰੀ ਸਨ, ਬੜੇ ਕਾਰੀਗਰ ਸਿਆਣੇ, ਔਰ ਮਿਸਤਰੀਆਂ ਕੋਲ ਕਈ ਰਾਹ ਹੁੰਦੇ। ਇਹਨਾਂ ਨੇ ਉਸੇ ਵੇਲੇ ਦੋਵਾਂ ਭਰਾਵਾਂ ਨੇ ਮਿੰਟੋ ਮਿੰਟੀ ਸਲਾਹ ਕਰਕੇ ਫਿਰ ਇਹਨਾਂ ਨੇ ਦੋ ਲੱਕੜਾਂ ਇੱਕ ਭਰਾ ਨੇ ਵੱਢੀਆਂ ਅਤੇ ਦੋ ਲੱਕੜਾਂ ਇੱਕ ਭਰਾ ਨੇ ਵੱਢੀਆਂ, ਦੋ ਲੱਕੜਾਂ ਅਤੇ ਦੋ ਲੱਕੜਾਂ ਚਾਰ ਵੱਢ ਕੇ ਅਤੇ ਚਾਰੇ ਗੱਡ ਦਿੱਤੀਆਂ ਮਿੱਟੀ ਦੇ ਵਿੱਚ, ਚਾਰ ਲੱਕੜਾਂ ਉਸ ਵੇਲੇ ਮਿੱਟੀ ਵਿੱਚ ਗੱਡ ਕੇ ਸਤਿਗੁਰਾਂ ਨੂੰ ਪੁੱਛਿਆ, ਮਹਾਰਾਜ ਆਪਣੇ ਆਰਾਮ ਕਿੱਥੇ ਕਰਨਾ? ਸਤਿਗੁਰੂ ਕਹਿੰਦੇ ਉਹ ਉੱਥੇ ਆਰਾਮ ਕਰਾਂਗੇ। ਕਹਿੰਦੇ ਠੀਕ ਹੈ। ਪੁੱਛ ਕੇ ਮਹਾਰਾਜ ਨੂੰ ਚਾਰ ਲੱਕੜਾਂ ਇਹਨਾਂ ਨੇ ਚਾਰ ਸਵੇਰੇ ਉਸ ਵੇਲੇ ਗੱਡ ਦਿੱਤੀਆਂ, ਟੋਇਆ ਪੱਟ ਗਿਆ ਮਜ਼ਬੂਤੀ ਦੇ ਨਾਲ ਲੱਕੜਾਂ ਉਸ ਵੇਲੇ ਗੱਡ ਕੇ ਤਿੰਨ ਬੇਰ ਬੰਦੀ ਤਿੰਨ ਤਾਂ, ਗੁਰਮੁਖੋ ਇਹਨਾਂ ਨੇ ਵੇਖਿਆ ਵੀ ਹੁਣ ਲੱਕੜਾਂ ਹੋਰ ਤਾਂ ਹੈ ਨਹੀਂ ਕੋਲ, ਅਤੇ ਨਾ ਹੀ ਇਹ ਸਿਰੂ ਪੈਣਾ, ਨਾ ਕੋਈ ਪਾਵਾ ਪੈਣਾ ਇਸ ਵੇਲੇ, ਅਤੇ ਨਾ ਹੀ ਕੋਈ ਬਾਈ ਸਾਡੇ ਕੋਲ। ਇਹਨਾਂ ਨੇ ਉਸੇ ਵੇਲੇ ਵੱਟ ਕੇ ਨਾ ਘਾਹ ਵੱਢ ਕੇ ਕੁਝ ਮੁੰਜ ਕੁਝ ਇਸੇ ਤਰ੍ਹਾਂ ਹੋਰ ਡਿੱਬ ਵਗੈਰਾ ਜੋ ਵੀ ਇਕੱਠਾ ਕਰਕੇ ਇਹਨਾਂ ਨੇ ਬੜੇ ਤਗੜੇ ਚਾਰ ਮੋਟੇ ਰੱਸੇ ਵੱਟੇ ਉਸੇ ਵੇਲੇ, ਅਤੇ ਚਾਰ ਰੱਸੇ ਵੱਟ ਕੇ ਅਤੇ ਜਿਵੇਂ ਮੰਜੇ ਦਾ ਸਿਰੂ ਹੁੰਦਾ ਬਾਹੀਆਂ ਹੁੰਦੀਆਂ
ਉਹ ਅੱਜ ਸੇਰੂ ਬਾਹੀਆਂ ਨਹੀਂ ਪਾਈਆਂ, ਜੇ ਰੱਸੇ ਹੀ ਪਾ ਦਿੱਤੇ ਚਾਰ ਛਪੇਰ, ਲੱਕੜਾਂ ਦੇ ਨਾਲ ਰੱਸੇ ਬੰਨ ਦਿੱਤੇ ਅਤੇ ਉਹਨੂੰ ਦੇ ਦਿੱਤੇ ਪਲੰਘ ਦਾ, ਉਹਨਾਂ ਨੂੰ ਬਣਾ ਦਿੱਤਾ, ਡਿਜ਼ਾਇਨ ਬਣ ਗਿਆ ਪਲੰਘ ਵਾਲਾ। ਜਿੱਥੇ ਸੇਰੂ ਪਾਉਣਾ ਸੀ ਉਸੇ ਰੱਸਾ ਇੱਕ ਲੱਕੜ ਤੋਂ ਦੂਜੀ ਲੱਕੜ ਨੂੰ ਬੰਨਿਆ, ਦੂਜੀ ਤੋਂ ਤੀਜੀ ਲੱਕੜ ਨੂੰ, ਫਿਰ ਚੌਥੀ ਲੱਕੜ ਨੂੰ, ਚਾਰ ਛਪੇਰੇ ਰੱਸੇ ਦਾ ਹੀ ਇਹਨਾਂ ਨੇ ਮੰਜਾ ਬਣਾ ਦਿੱਤਾ। ਐਂ ਚੰਗੀ ਤਰ੍ਹਾਂ ਖਿੱਚ ਕੇ ਮਜ਼ਬੂਤੀ ਵਾਲਾ ਰੱਸਾ ਬਣਾ ਕੇ ਉਸ ਵੇਲੇ ਬੰਨਿਆ ਹੈ। ਮੰਚੇ ਕੀ ਵਿਧ ਬਣ ਕਰ ਤੁਰਤ, ਤੇ ਕਹਿਣ ਲੱਗੇ ਵੀ ਉਸ ਵੇਲੇ ਜਿਹੜੇ ਸਿੱਖ ਨੇ ਦੋਨੇ ਜਾਣੇ ਕਹਿੰਦੇ ਵੀ ਛੇਤੀ ਦੇ ਨਾਲ ਇਹਨਾਂ ਨੇ ਮੰਜੇ ਦੀ ਥਾਂ 'ਤੇ ਜਿੱਥੇ ਇਹਨਾਂ ਨੇ ਪਾਵੇ ਲਾਉਣੇ ਸਨ ਲੱਕੜਾਂ ਲਾ ਦਿੱਤੀਆਂ, ਗੱਡ ਦਿੱਤੀਆਂ ਮਿੱਟੀ ਵਿੱਚ ਪੱਕੀਆਂ, ਪੱਕਾ ਹੀ ਪਲੰਘਾ ਗੱਡਤਾ ਵੀ ਇਹ ਨਹੀਂ ਇਹ ਲੈਗਾ ਹੁਣ, ਅਤੇ ਜਿੱਥੇ ਬਾਹੀਆਂ ਪਾਉਣੀਆਂ ਸੇਰੂ ਪਾਉਣੇ ਹੀਆਂ ਵਗੈਰਾ ਪਾਉਣੀਆਂ ਉੱਥੇ ਰੱਸੇ ਬੰਨ ਕੇ ਅਤੇ ਚੰਗੀ ਤਰ੍ਹਾਂ ਕੱਸ ਦਿੱਤੇ ਹਨ। ਉੱਪਰ ਡਾਰ ਬਸਤਰ ਗਨ ਫੁਰ, ਅਤੇ ਕਹਿਣ ਲੱਗੇ ਵੀ ਇਸੇ ਤਰ੍ਹਾਂ ਹੀ ਜਿਹੜਾ ਸੇਰੂ ਬਣਾਉਣਾ ਸੀਗਾ ਉਹ ਸੇਰੂ ਵੀ ਇਹਨਾਂ ਨੇ ਰੱਸੇ ਦਾ ਹੀ ਬਣਾਇਆ, ਜਿਹੜਾ ਸੰਘਾ ਪਾਉਣਾ ਸੀ ਸੰਘਾ ਵੀ ਰੱਸੇ ਦਾ ਹੀ ਪਾ ਦਿੱਤਾ, ਅਤੇ ਛੇਤੀ ਦੇ ਨਾਲ ਫਿਰ ਥੋੜ੍ਹੀਆਂ ਬਰੀਕ ਬਰੀਕ ਰੱਸੀਆਂ ਵੱਟ ਕੇ ਅਤੇ ਉਹਦਾ ਹੀ ਵਾਣ ਬਣਾ ਲਿਆ। ਵਾਣ ਹੁਣ ਹੈ ਤੇ ਨਹੀਂ, ਬਸ ਉਹ ਜਿਹੜੇ ਸੇਬੇ ਜਿਹੇ ਵੱਟੇ ਸਨ ਘਾਹ ਦੇ ਕੁਝ ਡਿੱਬ ਦੇ ਇਕੱਠੇ ਕਰਕੇ ਉਹਦੇ ਨਾਲ ਹੀ ਮੋਟੀਆਂ ਮੋਟੀਆਂ ਖਿੱਚ ਦਿੱਤੀਆਂ, ਚਾਰ ਕੁ ਸਲਾਈਆਂ ਇੱਧਰ ਨੂੰ ਖਿੱਚ ਦਿੱਤੀਆਂ, ਚਾਰ ਕੁ ਉੱਧਰ ਨੂੰ ਖਿੱਚ ਕੇ, ਇਸ ਤਰ੍ਹਾਂ ਹੀ ਕਹਿੰਦੇ ਵੀ ਛੇਤੀ ਨਾਲ ਇਹਨਾਂ ਨੇ ਮੰਜਾ ਤਿਆਰ ਕਰ ਦਿੱਤਾ ਹੈ। ਨੀਕੇ ਕਰ ਗੁਦਗੁਦਾ ਸੁਧਾਰੇ, ਅਤੇ ਸਤਿਗੁਰਾਂ ਨੂੰ ਹੁਣ ਇਹ ਵਾਣ ਚੁੱਭੇ ਨਾ, ਉਹਦੇ ਉੱਪਰ ਥੋੜ੍ਹੇ ਜਿਹਾ ਕੱਖ ਖਿਲਾਰ ਦਿੱਤੇ, ਕੱਖ ਖਿਲਾਰ ਕੇ ਉਹਨੂੰ ਪੋਲਾ ਕਰਤਾ ਵੀ ਜਿਵੇਂ ਬੜਾ ਸੋਹਣਾ ਗੱਦਾ ਵਿਛਾਇਆ ਹੋਵੇ, ਇਸ ਤਰ੍ਹਾਂ ਗੱਦੇ ਦੇ ਵਾਂਗ ਉਸਨੂੰ ਪੋਲਾ ਕਰਨ ਵਾਸਤੇ ਕੁਝ ਪੋਲਾ ਪੋਲਾ ਘਾਹ ਵੱਢ ਕੇ ਕੁਝ ਹੋਰ ਜਿਹੜਾ ਨਰਮ ਚੀਜ਼ਾਂ ਵੱਢ ਕੇ ਉਸ ਵੇਲੇ ਵਿਛਾ ਦਿੱਤੀਆਂ ਹਨ। ਜਾਏ ਨਿਕਟ ਗੁਰਸੰਗ ਉਚਾਰੇ, ਤੇ ਜਦੋਂ ਸਾਰਾ ਕੁਝ ਵਿਛਾ ਕੇ ਤੇ ਉਹਦੇ ਉੱਪਰ ਸੋਹਣਾ ਬਿਸਤਰਾ ਵਿਛਾ ਦਿੱਤਾ, ਹੁਣ ਬਿਸਤਰਾ ਵਿਛਾਇਆ ਪਤਾ ਨਹੀਂ ਲੱਗਦਾ ਵੀ ਥੱਲੇ ਕੀ ਹੈ, ਇਸ ਤਰ੍ਹਾਂ ਦਾ ਪਲੰਘ ਬਣਾ ਕੇ ਫਿਰ ਇੱਕ ਭਰਾ ਗਿਆ, ਕਹਿਣ ਲੱਗਾ ਮਹਾਰਾਜ ਆਓ ਤੁਹਾਡੇ ਵਾਸਤੇ ਪਲੰਘਾ ਬਣ ਗਿਆ ਹੈ। ਮਹਾਰਾਜ ਬੜੇ ਹੈਰਾਨ ਹੋਏ ਵੀ ਅਜੇ ਇਹਨਾਂ ਨੂੰ 15-20 ਮਿੰਟ ਹੋਏ, ਐਡੀ ਛੇਤੀ ਪਲੰਘਾ ਇਹਨਾਂ ਨੇ ਬਣਾ ਦਿੱਤਾ ਹੈ। ਮਹਾਰਾਜ ਸੁਣਿਆ ਭਜਨ, ਕਹਿੰਦੇ ਠੀਕ ਹੈ ਭਾਈ ਪਲੰਘਾ ਬਣ ਗਿਆ ਅਤੇ ਫਿਰ ਆਪਾਂ ਆਰਾਮ ਕਰਨ ਵਾਸਤੇ ਆਉਂਦੇ ਹਾਂ। ਸਤਿਗੁਰੂ ਉਸ ਵੇਲੇ ਚੱਲ ਪਏ ਹਨ, ਤਿਆਰ ਮੰਚ ਹੈ ਲੀਨ ਬਣਾਏ, ਸਤਿਗੁਰੂ ਪਾਤਸ਼ਾਹ ਜੀ ਪਲੰਘਾ ਤਿਆਰ ਹੈ ਤੁਹਾਡੇ ਵਾਸਤੇ, ਸਾਡਾ ਵਚਨ ਸੀ ਵੀ ਨਵੇਂ ਪਲੰਘੇ 'ਤੇ ਤੁਹਾਨੂੰ ਆਰਾਮ ਫਰਮਾਉਣਾ ਹੈ ਅਤੇ ਪਲੰਘਾ ਤਾਂ ਨਵਾਂ ਹੀ ਹੈ, ਆਓ ਆਪ ਉਹਦੇ ਉੱਪਰ ਆ ਕੇ ਬੈਠੋ ਅਤੇ ਆਰਾਮ ਕਰਨਾ ਕਰੋ। ਆਪ ਬਿਰਾਜੋ ਤਿਸ ਪਰ ਜਾਏ, ਸਤਿਗੁਰੂ ਪਾਤਸ਼ਾਹ ਜੀ ਆਪ ਆਓ ਬਿਰਾਜੋ, ਬਿਰਾਜਮਾਨ ਹੋਵੋ ਮਹਾਰਾਜ ਪਲੰਘੇ ਦੇ ਉੱਪਰ, ਅਤੇ ਆਪ ਕਿਰਪਾ ਕਰੋ ਇੱਥੇ ਆ ਕੇ, ਅਸੀਂ ਤੁਹਾਨੂੰ ਇਹ ਸੇਵਾ ਜਿਹੜੀ ਹੈ ਇਹ ਤੁਹਾਡੇ ਕੋਲੋਂ ਲੈਣੀ ਚਾਹੁੰਦੇ ਹਾਂ। ਸੁਣ ਬਿਸਮੇ ਤਵ ਉੱਠ ਕਰ ਗਏ, ਸਤਿਗੁਰੂ ਪਾਤਸ਼ਾਹ ਸੁਣ ਕੇ ਬਚਨ ਭਾਈ ਪਰਮ ਸਿੰਘ ਦਾ, ਭਾਈ ਧਰਮ ਸਿੰਘ ਦਾ, ਮਹਾਰਾਜ ਹੈਰਾਨ ਹੋ ਗਿਆ, ਇੰਨੀ ਛੇਤੀ ਪਲੰਘਾ ਕਿਵੇਂ ਬਣ ਗਿਆ, ਇਹਨਾਂ ਦੇ ਕੋਲ ਨਾ ਇੰਨੀ ਛੇਤੀ ਲੱਕੜਾਂ ਘੜੀਆਂ ਜਾ ਸਕਦੀਆਂ, ਨਾ ਵਾਣ ਬੁਣਿਆ ਜਾ ਸਕਦਾ, ਨਾ ਪੈਂਦ ਪਾਈ ਜਾ ਸਕਦੀ ਹੈ, ਐਡੀ ਛੇਤੀ 'ਤੇ ਮੰਜਾ ਠੋਕਿਆ ਵੀ ਨਹੀਂ ਜਾ ਸਕਦਾ ਹੈ, ਬੁੰਨਾ ਤਾਂ ਦੂਰ ਦੀ ਗੱਲ। ਮਹਾਰਾਜ ਨੇ ਆਖਿਆ ਵੀ ਸਾਨੂੰ ਲੈਣ ਵੀ ਆ ਗਏ ਨਾ ਵੀ ਪਲੰਘੇ 'ਤੇ ਬੈਠੋ ਆ ਕੇ, ਸਤਿਗੁਰੂ ਪਾਤਸ਼ਾਹ ਸੁਣ ਕੇ ਹੈਰਾਨ ਹੋ ਗਿਆ ਹੋਏ ਅਰੂੜ ਪ੍ਰਭ ਬੈਠਤ ਪਏ, ਅਤੇ ਸਤਿਗੁਰੂ ਪਾਤਸ਼ਾਹ ਚੱਲ ਪਏ ਨਾਲ, ਕਹਿੰਦੇ ਕਿੱਥੇ ਆ ਜੀ ਸਾਡਾ ਪਲੰਘਾ, ਕਹਿੰਦੇ ਜੀ ਉਹ ਵੇਖੋ ਚਾਰ ਲੱਕੜਾਂ ਦੇ ਵਿੱਚ, ਅਤੇ ਮਹਾਰਾਜ ਵੇਖ ਕੇ ਬੜੇ ਖੁਸ਼ ਹੋਏ ਅਤੇ ਸਤਿਗੁਰੂ ਬੈਠ ਗਏ ਉਸ ਪਲੰਘੇ ਦੇ ਉੱਪਰ, ਜਾ ਕੇ ਮਹਾਰਾਜ ਬੈਠੇ ਹਨ। ਦੇਖਣ ਹੇਤ ਤਰੇ ਕਰ ਪਾਏ, ਸਤਿਗੁਰੂ ਪਾਤਸ਼ਾਹ ਵੀ ਜਾਣੀ ਜਾਣਦੇ ਵੀ ਚਾਰ ਲੱਕੜਾਂ ਹੀ ਗੱਡੀਆਂ ਨੇ ਅਤੇ ਪਾਵੇ ਨਹੀਂ ਥੱਲੇ ਦੀ ਦੇ, ਅਤੇ ਇਹਨਾਂ ਨੇ ਥੱਲੇ ਕਿਹੜੀ ਇਹੋ ਜਿਹੀ ਬਲਾ ਫਿੱਟ ਕੀਤੀ ਹੈ ਵੀ ਪਲੰਘਾ ਬਣ ਗਿਆ। ਮਹਾਰਾਜ ਉੱਤੇ ਬੈਠੇ ਚੌਂਕੜਾ ਮਾਰ ਕੇ, ਆਪਣੇ ਹੱਥ ਦੇ ਨਾਲ ਮਹਾਰਾਜ ਨੇ ਬਿਸਤਰਾ ਪਰੇ ਕਰਕੇ ਅਤੇ ਥੱਲੇ ਹੱਥ ਫੇਰਿਆ ਮੰਜੇ ਦੇ ਵੀ ਇਹਨਾਂ ਥੱਲੇ ਪਾਇਆ ਕੀ ਹੈ ਵੀ ਇੰਨੀ ਛੇਤੀ ਪਲੰਘਾ ਬਣਾ ਦਿੱਤਾ। ਸਤਿਗੁਰਾਂ ਨੇ ਹੱਥ ਫੇਰ ਕੇ ਉਸ ਵੇਲੇ, ਮਹਾਰਾਜ ਜਾਣੀ ਜਾਣ ਨਾ ਕੌਤਕ ਬੜੇ ਕਰਦੇ ਪਾਤਸ਼ਾਹ ਜੀ, ਉਸ ਵੇਲੇ ਥੱਲੇ ਹੱਥ ਫੇਰ ਕੇ ਵੇਖਦੇ ਹਨ। ਕਿਮ ਇਨ ਬੁਣ ਕਰ ਨਇਓ ਬਣਾਇਓ, ਮਹਾਰਾਜ ਸੋਚਦੇ ਪਿਆ ਵੀ ਇਹੋ ਜਿਹਾ ਮੰਜਾ ਤਾਂ ਕਦੇ ਨਹੀਂ ਵੇਖਿਆ ਪਹਿਲਾਂ ਵੀ ਜਿਹੜਾ ਇਹਨਾਂ ਨੇ ਬਣਾ ਦਿੱਤਾ,
ਲੋਕ ਆਮ ਹੀ ਗੱਲ ਕਹਿ ਦਿੰਦੇ ਨਾ ਵੀ ਇਹੋ ਜਿਹੀ ਮੰਜੀ ਠੋਕਾਂਗਾ ਜਿਹੜੀ ਕਿਸੇ ਨਾਲ ਠੋਕੀ ਹੋਵੇ, ਉਹ ਇਹਨਾਂ ਨੇ ਠੋਕੀ ਦੋਵਾਂ ਭਰਾਵਾਂ ਨੇ, ਇਹੋ ਜਿਹਾ ਮੰਜਾ ਬਣਾਇਆ ਮਹਾਰਾਜ ਉਹਦੇ ਥੱਲੇ ਹੱਥ ਵਾਣ ਨੂੰ ਕਦੇ ਮਾਰਦੇ, ਕਦੇ ਉਹਦੀਆਂ ਬਾਹੀਆਂ ਵੇਖਦੇ ਪਏ ਵੀ ਬਾਹੀ ਕਿਹੜੇ ਬੰਨੇ ਆ, ਕਦੇ ਸਿਰੂ ਵੇਖਦੇ ਪਏ, ਵੇਖ ਕੇ ਮਹਾਰਾਜ ਬੜੇ ਹੈਰਾਨ ਕਹਿੰਦੇ ਵੀ ਇਹੋ ਜਿਹਾ ਮੰਜਾ ਇਹਨਾਂ ਨੇ ਬੜੀ ਛੇਤੀ ਤਿਆਰ ਕੀਤਾ ਹੈ। ਬਾਹੀ ਕੇ ਥਲ ਮੋਟੀ ਬੇਰੇ, ਹੁਣ ਸਤਿਗੁਰੂ ਪਾਤਸ਼ਾਹ ਪਰਖਦੇ ਪਏ ਵੀ ਬਾਹੀ ਦੀ ਥਾਂ 'ਤੇ ਇਹਨਾਂ ਨੇ ਕੀ ਪਾਇਆ, ਜਦੋਂ ਬਿਸਤਰਾ ਚੁੱਕਿਆ ਤਾਂ ਉੱਧਰ ਮੋਟਾ ਰੱਸਾ ਬੱਧਾ ਹੋਇਆ ਖਿੱਚ ਕੇ, ਮਹਾਰਾਜ ਨੇ ਰੱਸੇ 'ਤੇ ਭਾਰ ਪਾ ਕੇ ਵੇਖਿਆ ਬੜਾ ਮਜ਼ਬੂਤੀ ਵਾਲਾ, ਵੀ ਇਹਨਾਂ ਨੇ ਲੱਕੜ ਦੀ ਥਾਂ 'ਤੇ ਰੱਸੇ ਹੀ ਉਸ ਵੇਲੇ ਖਿੱਚ ਕੇ ਬੰਨ ਦਿੱਤੇ, ਇਸ ਤਰ੍ਹਾਂ ਬੱਧੇ ਹੋਏ ਰੱਸੇ ਮਹਾਰਾਜ ਵੇਖਦੇ ਹਾਂ। ਥਾਨ ਦੁਸ਼ੰਗੇ ਹੇਰੇ, ਅਤੇ ਦੂਜੇ ਪਾਸੇ ਵੇਖਿਆ ਵੀ ਦੂਜੇ ਪਾਸੇ ਕੀ ਹੈ, ਦੂਜੇ ਪਾਸੇ ਵੀ ਰੱਸਾ ਹੀ ਪਾਇਆ ਹੋਇਆ, ਪਾਵਿਆਂ ਦੀ ਥਾਂ 'ਤੇ ਵੇਖਿਆ ਕਹਿੰਦੇ ਲੱਕੜਾਂ ਹੀ ਗੱਡੀਆਂ ਹੋਈਆਂ, ਅਤੇ ਵਾਣ ਦੀ ਥਾਂ 'ਤੇ ਵੇਖਿਆ ਵੀ ਰੱਸੀਆਂ ਹੀ ਵੱਟ ਵੱਟ ਕੇ ਪਾਈਆਂ ਹੋਈਆਂ, ਮਹਾਰਾਜ ਨੇ ਇਹਨਾਂ ਦਾ ਬਣਿਆ ਹੋਇਆ ਇਹੋ ਜਿਹਾ ਮੰਜਾ ਜਦੋਂ ਵੇਖਿਆ ਹੈ। ਪ੍ਰਭੂ ਪ੍ਰਸੰਨ ਹੋਏ ਬੁਲਵਾਏ, ਸਤਿਗੁਰੂ ਪਾਤਸ਼ਾਹ ਬੜੇ ਖੁਸ਼ ਹੋਏ, ਖਿੜ ਖੜਾ ਕੇ ਹੱਸੇ ਮਹਾਰਾਜ, ਕਹਿੰਦੇ ਵੀ ਬੜੇ ਬੜੇ ਸੋਹਣੇ ਪਲੰਘਿਆਂ 'ਤੇ ਸੁੱਤੇ ਹਾਂ, ਆਨੰਦਪੁਰ ਸਾਹਿਬ ਰਹਿੰਦੇ ਹਾਂ ਅਤੇ ਦਮਦਮਾ ਸਾਹਿਬ ਰਹਿੰਦੇ ਹਾਂ, ਪਰ ਇਹੋ ਜਿਹੇ ਪਲੰਘੇ 'ਤੇ ਨਹੀਂ ਕਦੇ ਸੁੱਤੇ ਜਿਹੋ ਜਿਹਾ ਇਹਨਾਂ ਨੇ ਅੱਜ ਬਣਾਇਆ ਹੈ। ਮਹਾਰਾਜ ਇਹਨਾਂ ਦੀ ਸੇਵਾ ਵੇਖ ਕੇ ਔਰ ਇਹਨਾਂ ਦੀ ਸਕੀਮ ਵੇਖ ਕੇ ਜਿਹੜੀ ਲਾਈ ਹੈ ਇੰਨੀ ਛੇਤੀ, ਪਾਤਸ਼ਾਹ ਬੜੇ ਖੁਸ਼ ਹੋਏ ਹਨ। ਅਧਿਕ ਤਿੰਨ ਕੋ ਫੁਰਮਾਏ, ਸਤਿਗੁਰੂ ਪਾਤਸ਼ਾਹ ਨੇ ਬੁਲਾਇਆ ਉਸ ਵੇਲੇ, ਕਹਿੰਦੇ ਲਿਆਓ ਭਾਈ ਪਰਮ ਸਿੰਘ ਧਰਮ ਸਿੰਘ ਨੂੰ ਬੁਲਾ ਕੇ ਲਿਆਓ। ਸਿੱਖ ਦੌੜ ਕੇ ਗਿਆ, ਲੈ ਕੇ ਆਉਂਦਾ ਵੀ ਸਤਿਗੁਰਾਂ ਨੇ ਬੁਲਾਇਆ ਹੈ। ਇਹ ਦੋਨੇ ਸਿੱਖ ਮਹਾਰਾਜ ਦੇ ਕੋਲ ਆਏ, ਸਤਿਗੁਰੂ ਵੇਖ ਕੇ ਇਹਨਾਂ ਦੇ ਉੱਪਰ ਬੜੇ ਖੁਸ਼ ਹੋਏ ਹਨ। ਪੂਰਨ ਸਿੱਖੀ ਤੁਮੋ ਨਿਵਾਹੀ, ਸਤਿਗੁਰੂ ਪਾਤਸ਼ਾਹ ਕਹਿੰਦੇ ਉਹ ਸਿੱਖੋ ਅੱਜ ਤੁਸੀਂ ਸਿੱਖੀ ਦੇ ਵਿੱਚ ਪਾਸ ਹੋ ਗਏ ਜੀ, ਅੱਜ ਤੁਸੀਂ ਇਹ ਅਸੀਂ ਆਪ ਵੇਖਦੇ ਪਏ ਵੀ ਇੰਨੀ ਛੇਤੀ ਪਲੰਘਾ ਨਹੀਂ ਬਣਨਾ ਹੈ, ਅੱਜ ਸਾਡੇ ਸਿੱਖ ਬਚਨ ਤੋਂ ਹਾਰ ਜਾਣਗੇ, ਪਰ ਤੁਸੀਂ ਇੰਨੀ ਛੇਤੀ ਪਲੰਘ ਬਣਾ ਦਿੱਤਾ, ਅੱਜ ਤੁਸੀਂ ਸਿੱਖੀ ਕਮਾਈ ਹੈ, ਤੁਸੀਂ ਬੜੇ ਵੱਡੇ ਭਾਗਾਂ ਵਾਲੇ ਸਿੱਖੋ, ਇਸ ਤਰ੍ਹਾਂ ਕਹਿ ਕੇ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਵਿਦਾਰਿਆ, ਮਹਾਰਾਜ ਨੇ ਅਸੀਂ ਮਿਹਰ ਦੇ ਨਾਲ ਤੱਕਿਆ, ਬਖਸ਼ਿਸ਼ਾਂ ਹੀ ਕਰ ਦਿੱਤੀਆਂ ਉਸੇ ਵੇਲੇ, ਭਾਈ ਪਰਮ ਸਿੰਘ ਭਾਈ ਧਰਮ ਸਿੰਘ ਨੂੰ ਬ੍ਰਹਮ ਗਿਆਨ ਦੀ ਦਾਤ ਦੇ ਨਾਲ ਮਹਾਰਾਜ ਨੇ ਨਵਾਜਿਆ। ਸਤਿ ਸ਼੍ਰੀ ਅਕਾਲ, ਨੀਚੇ ਊਚ ਕਰੈ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ ਗਰੀਬ ਨਵਾਜ ਗੁਸਈਆ ਮੇਰਾ, ਮਾਥੇ ਛਤਰ ਵਡਿਆਈ ਦਾ ਛਤਰ ਬਖਸ਼ਿਆ ਮਹਾਰਾਜ ਨੇ, ਐਸਾ ਨਿਹਾਲ ਕੀਤਾ ਹੈ। ਅਬ ਹਟ ਜਾਓ ਬਸੋ ਘਰ ਮਾਹੀ, ਸਤਿਗੁਰੂ ਪਾਤਸ਼ਾਹ ਕਹਿੰਦੇ ਤੁਹਾਡੀ ਸੇਵਾ ਪੂਰੀ ਹੋਈ ਹੈ, ਕਿਧਰੇ ਰਾਮ ਸਿੰਘ ਹੁਣੀ ਆਪੇ ਹੀ ਭੱਜ ਗਏ, ਡੱਲੇ ਵਰਗੇ ਆਪੇ ਹੀ ਭੱਜ ਗਏ, ਮਹਾਰਾਜ ਕਹਿੰਦੇ ਤੁਹਾਡੀ ਸੇਵਾ ਪੂਰੀ ਹੋ ਗਈ ਭਾਈ ਪਰਮ ਸਿੰਘ ਧਰਮ ਸਿੰਘ, ਹੁਣ ਤੁਹਾਨੂੰ ਸਾਡੇ ਨਾਲ ਰਹਿਣ ਦੀ ਲੋੜ ਨਹੀਂ, ਜਾਓ ਚਲੇ ਜਾਓ ਆਪਣੇ ਨਗਰਾਂ ਆਪਣੇ ਪਿੰਡਾਂ ਵਿੱਚ ਜਾ ਕੇ ਆਪਣਾ ਕਾਰ ਵਿਹਾਰ ਕਰੋ, ਸਿੱਖੀ ਦਾ ਪ੍ਰਚਾਰ ਕਰੋ, ਦਸਾਂ ਨਵਾਂ ਦੀ ਕਿਰਤ ਕਰੋ, ਜਾਓ ਜਾ ਕੇ ਆਪਣਾ ਜੀਵਨ ਜਿਵੋਂ ਜਾ ਕੇ, ਤੁਹਾਡਾ ਜੀਵਨ ਸਫਲਾ ਹੋ ਗਿਆ, ਤੁਹਾਡੀ ਬੜੀ ਸੇਵਾ ਹੈ, ਤੁਸੀਂ ਬੜੇ ਭਾਗਾਂ ਵਾਲੇ ਹੋ। ਬਿਨਾਂ ਸ਼ਸਤਰ ਹੀ ਸ਼ਤਰਨ ਜੀਤੋ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਵੱਡੇ ਵੱਡੇ ਜੰਗਾਂ ਵਿੱਚ ਵੱਡੇ ਵੱਡੇ ਸ਼ਸਤਰ ਚਲਾਏ ਜਾਂਦੇ, ਅਤੇ ਕਈ ਵਾਰੀ ਸ਼ਸਤਰਾਂ ਨਾਲ ਜੰਗ ਨਹੀਂ ਜਿੱਤਿਆ ਜਾਂਦਾ, ਤੁਸੀਂ ਸਾਡੇ ਇਹੋ ਜਿਹੇ ਦੋ ਸਿੱਖ ਜੇ, ਤੁਹਾਨੂੰ ਸ਼ਸਤਰ ਚਲਾਉਣ ਦੀ ਲੋੜ ਨਹੀਂ ਪੈਣੀ, ਜਿਹੜਾ ਵੀ ਤੁਹਾਡੇ ਦਰਸ਼ਨ ਕਰੇਗਾ ਤੁਸੀਂ ਉਹਦਾ ਮਨ ਆਪਣੇ ਵੱਲ ਆਪੇ ਹੀ ਜਿੱਤ ਲੈਣਾ ਹੈ, ਤੁਸੀਂ ਸਿੱਖਾਂ ਦੇ ਸੰਗਤਾਂ ਦੇ ਮਨਾਂ ਦੇ ਉੱਪਰ ਰਾਜ ਕਰਿਆ ਕਰੋਗੇ, ਸੋ ਤੁਹਾਨੂੰ ਸ਼ਸਤਰ ਫੜਨ ਦੀ ਲੋੜ ਨਹੀਂ, ਤੁਹਾਡੇ 'ਤੇ ਦਰਸ਼ਨ ਹੀ ਇਹੋ ਜਿਹੇ ਭਾਗਾਂ ਵਾਲੇ ਹੋਣਗੇ ਬਖਸ਼ਿਸ਼ ਵਾਲੇ, ਜਿਹੜਾ ਤੁਹਾਡੇ ਦਰਸ਼ਨ ਕਰੇਗਾ ਉਹਦਾ ਮਨ ਵੀ ਵੱਸ ਵਿੱਚ ਆ ਜਾਵੇਗਾ, ਐਸੀ ਆਪ ਉੱਪਰ ਕਿਰਪਾ ਹੈ। ਕਿਸ ਤੇ ਚਿੰਤਾ ਹੋਏ ਨਾ ਪੀਤੋ, ਅਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਹੁਣ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਅਤੇ ਕਿਸੇ ਤੋਂ ਡਰਨ ਦੀ ਵੀ ਨਹੀਂ ਲੋੜ ਹੈ, ਕਈ ਵਾਰੀ ਬੰਦਾ ਭੈ ਪੀਤ ਹੋ ਜਾਂਦਾ ਨਾ,
ਵੀ ਆਹ ਫਲਾਣਾ ਬੰਦਾ ਬਹੁਤਾ ਤਾਕਤ ਵਾਲਾ ਆ ਗਿਆ, ਬਹੁਤਾ ਅਮੀਰ ਆ ਗਿਆ, ਬਹੁਤਾ ਜਾਣ ਪਛਾਣ ਵਾਲਾ। ਮਹਾਰਾਜ ਕਹਿੰਦੇ ਤੁਹਾਨੂੰ ਕਿਸੇ ਤੋਂ ਡਰਨ ਦੀ ਹੁਣ ਲੋੜ ਨਹੀਂ ਹੈ, ਤੁਹਾਨੂੰ ਕਿਸੇ ਦੀ ਚਿੰਤਾ ਦੀ ਲੋੜ ਨਹੀਂ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਤਲਵਾਰ ਨੂੰ ਕੱਟਣ ਲੱਗਿਆਂ ਤਾਂ ਸਮਾਂ ਲੱਗੇਗਾ ਭਾਈ ਪਰਮ ਸਿੰਘ ਧਰਮ ਸਿੰਘ, ਪਰ ਤੁਹਾਡੀ ਜ਼ੁਬਾਨ ਦਾ ਬਚਨ ਉਸ ਤੋਂ ਪਹਿਲਾਂ ਹੀ ਕਾਟ ਕਰੇਗਾ। ਤੁਹਾਡੀ ਜ਼ੁਬਾਨ ਦੇ ਉੱਪਰ ਐਸੀ ਕਿਰਪਾ, ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਾਸਨ ਦਸਨਾ, ਐਸੀ ਕਿਰਪਾ ਕਰਦੇ ਪਏ। ਕਹਿੰਦੇ ਭਾਈ ਤੁਹਾਡੀ ਜ਼ੁਬਾਨ ਦੇ ਉੱਪਰ ਬਖਸ਼ਿਸ਼ ਹੋਵੇਗੀ, ਤੁਹਾਡੇ ਵਚਨ ਪੂਰੇ ਹੋਇਆ ਕਰਨਗੇ ਅਤੇ ਤੁਸੀਂ ਹੁਣ ਪੂਰਨ ਤੌਰ 'ਤੇ ਸਿੱਖੀ ਕਮਾ ਲਈ ਹੈ। ਮਹਾਰਾਜ ਕਹਿੰਦੇ ਜਾਓ ਭਾਈ ਆਪਣੇ ਨਗਰ ਨੂੰ ਚਲੇ ਜਾਓ। ਇੰਨੇ ਚਿਰ ਨੂੰ ਲਾਂਗਰੀ ਸਿੰਘ ਆ ਗਏ, ਮਹਾਰਾਜ ਪ੍ਰਸ਼ਾਦਾ ਪਾਣੀ ਤਿਆਰ ਹੋ ਗਿਆ, ਸਤਿਗੁਰੂ ਭੋਜਨ ਛਕਦੇ ਹਨ। ਸੁਖ ਕਿਰਪਾ ਨਿਧਾਨਾ, ਕਿਰਪਾ ਨਿਧਾਨ ਮਹਾਰਾਜ ਜੀ ਨੇ ਸੁਖ ਦੇ ਨਾਲ ਆਰਾਮ ਕਰਕੇ ਉਸੇ ਪਲੰਘੇ 'ਤੇ ਜਿਹੜਾ ਬਣਾਇਆ ਸੀ ਨਾ ਪਰਮ ਸਿੰਘ ਧਰਮ ਸਿੰਘ ਨੇ ਰੱਸਿਆਂ ਦਾ ਮੰਜਾ, ਉਹਦੇ ਉੱਪਰ ਹੀ ਮਹਾਰਾਜ ਕਹਿੰਦੇ ਅੱਜ ਇੱਥੇ ਹੀ ਆਰਾਮ ਕਰਾਂਗੇ ਇਸੇ ਮੰਜੇ ਦੇ ਉੱਪਰ। ਉਹਦੇ ਉੱਪਰ ਮਹਾਰਾਜ ਲੰਮੇ ਪੈ ਕੇ ਰਾਤ ਬਤੀਤ ਕਰਦੇ ਹਨ। ਵੱਡੀ ਪਰਾਤ ਉੱਠੋ ਸੋਚ ਅਤੇ ਵੱਡੀ ਪਰਾਤ ਅੰਮ੍ਰਿਤ ਵੇਲੇ ਉੱਠ ਕੇ ਮਹਾਰਾਜ ਨੇ ਸੋਚ ਕਿਰਿਆ ਕੀਤੀ ਹੈ, ਇਸ਼ਨਾਨ ਪਾਨ ਕੀਤਾ, ਉਸ ਵੇਲੇ ਦਾਤਨ ਕੁਰਲਾ ਵਗੈਰਾ ਕਰਕੇ ਤਿਆਰ ਹੋਏ ਹਨ। ਸ਼ਸਤਰ ਬਸਤਰ ਤਨ ਧਰ ਸਵਧਾਨ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਸੋਹਣੇ ਸ਼ਸਤਰ ਅਤੇ ਸੋਹਣੇ ਬਸਤਰ ਆਪਣੇ ਸਰੀਰ ਦੇ ਉੱਪਰ ਮਹਾਰਾਜ ਨੇ ਉਸ ਵੇਲੇ ਸੁਭਾਇਮਾਨ ਕੀਤੇ ਹਨ। ਪਰਮ ਸਿੰਘ ਕੋ ਮੋਰੇ, ਮਹਾਰਾਜ ਕਹਿੰਦੇ ਜਾਓ ਭਾਈ ਪਰਮ ਸਿੰਘ ਹੁਣ ਸਾਡੇ ਨਾਲ ਜਾਣ ਦੀ ਲੋੜ ਨਹੀਂ ਹੈ, ਤੁਸੀਂ ਸਿੱਖੀ ਕਮਾ ਲਈ ਹੈ, ਅਸੀਂ ਤਾਂ ਨਾਲ ਉਨ੍ਹਾਂ ਚਿਰ ਹੀ ਰੱਖਦੇ ਹਾਂ ਜਿੰਨਾ ਚਿਰ ਜੀਵਨ ਅਧੂਰਾ ਹੈ। ਜਦੋਂ ਜੀਵਨ ਪੂਰਾ ਹੋ ਜਾਂਦਾ ਨਾ ਬ੍ਰਹਮ ਦੀ ਅਵਸਥਾ, ਹੁਣ ਤੁਸੀਂ ਆਪਣੇ ਆਪ ਹੀ ਸਭ ਕੁਝ ਪ੍ਰਾਪਤ ਕਰ ਲੈਣਾ ਹੈ, ਤੁਸੀਂ ਪੂਰਨ ਸਿੱਖ ਹੋਏ ਹੋ, ਤੁਸੀਂ ਸਿੱਖੀ ਨੂੰ ਕਮਾਇਆ ਹੈ, ਜਾਓ ਭਾਈ ਮੁੜ ਜਾਓ ਆਪਣੇ ਨਗਰ ਨੂੰ ਚਲੇ ਜਾਣਾ ਕਰੋ। ਹੁਕਮ ਅਮੋਰ ਜਾਣ ਕਰ ਜੋਰੇ, ਗੁਰਮੁਖੋ ਮਹਾਰਾਜ ਜੀਆਂ ਦਾ ਬਚਨ ਜਿਹੜਾ ਅਮੋੜ ਹੈ, ਮੁੜਿਆ ਨਹੀਂ ਨਾ ਜਾ ਸਕਦਾ। ਸਿੱਖ ਦਾ ਕੰਮ ਹੈ ਹੁਕਮ ਦੇ ਵਿੱਚ ਰਹਿਣਾ, ਰਜਾ ਵਿੱਚ ਰਹਿਣਾ। ਇਹਨਾਂ ਨੇ ਵੇਖਿਆ ਵੀ ਇਹ ਵੀ ਰਜਾ ਹੀ ਹੈ, ਹੁਕਮ ਹੀ ਹੈ, ਮੋੜ ਨਹੀਂ ਸਕੇ ਹਨ। ਹਲਤ ਪਲਤ ਮੈਂ ਬਣੋ ਸਹਾਇ, ਇਹਨਾਂ ਦੋਵਾਂ ਭਰਾਵਾਂ ਨੇ ਹੱਥ ਜੋੜੇ, ਕਹਿੰਦੇ ਸਤਿਗੁਰੂ ਬੇਨਤੀ ਹੈ। ਮਹਾਰਾਜ ਕਹਿੰਦੇ ਕੀ ਬੇਨਤੀ ਹੈ ਭਾਈ? ਕਹਿੰਦੇ ਪਾਤਸ਼ਾਹ ਬਸ ਲੋਕ ਅਤੇ ਪ੍ਰਲੋਕ ਵਿੱਚ ਮਹਾਰਾਜ ਇਸੇ ਤਰ੍ਹਾਂ ਹੀ ਮਿਹਰ ਦਾ ਹੀ ਹੱਥ ਰੱਖਿਓ ਸਾਡੇ ਉੱਪਰ, ਇਸ ਦੁਨੀਆਂ ਵਿੱਚ ਵੀ ਰਹੀਏ ਅਤੇ ਤੁਹਾਡਾ ਹੀ ਮਿਹਰ ਦਾ ਹੱਥ ਰਹੇ। ਜਦੋਂ ਇਹ ਦੁਨੀਆ ਛੱਡ ਕੇ ਪ੍ਰਲੋਕ ਨੂੰ ਜਾਈਏ ਅਤੇ ਮਹਾਰਾਜ ਸੱਚਖੰਡ ਦੀ ਪ੍ਰਾਪਤੀ ਵਾਲੇ ਬਣੀਏ ਅਤੇ ਤੁਹਾਡਾ ਉੱਥੇ ਵੀ ਮਿਹਰ ਦਾ ਹੱਥ ਸਾਡੇ 'ਤੇ ਰਹੇ, ਇਹ ਕਿਰਪਾ ਕਰਕੇ ਬਖਸ਼ਿਸ਼ ਕਰੋ। ਚਰਨ ਕਮਲ ਚਿੱਤ ਰੱਖੋ ਗੁਸਾਈ, ਸਤਿਗੁਰੂ ਸਾਡਾ ਚਿੱਤ ਹਰ ਵੇਲੇ ਤੁਹਾਡੇ ਚਰਨਾਂ ਦੇ ਵਿੱਚ ਹੀ ਰਹੇ, ਤੁਹਾਡੇ ਚਰਨਾਂ ਤੋਂ ਕਦੇ ਸਾਡਾ ਮਨ ਹਟੇ ਨਾ ਪਿਛਾਂ, ਤੁਹਾਡੇ ਚਰਨ ਸਾਡੇ ਮਨ ਵਿੱਚ ਹਰ ਵੇਲੇ ਵਸੇ ਰਹਿਣ, ਇਹ ਕਿਰਪਾ ਕਰੋ। ਆਪਣੇ ਲੱਖ ਕਰਨ ਹਨ ਵਿਸਾਰ, ਸਤਿਗੁਰੂ ਆਪਣੇ ਜਾਣ ਕੇ, ਅਸੀਂ ਤੁਹਾਡੇ ਹੀ ਹਨ, ਆਪਣੇ ਜਾਣ ਕੇ ਦਾਸ ਜਾਣ ਕਰ ਦਾਸ ਪਰ ਕੀਜੈ ਕਿਰਪਾ, ਅਪਾਰ ਆਪ ਹਾਸਦੈ ਰਾਖ ਮੋਹੇ ਮਨ ਕ੍ਰਮ ਬਚਨ ਵਿਚਾਰ। ਪਾਤਸ਼ਾਹ ਕਿਰਪਾ ਕਰਿਓ, ਆਪਣਾ ਜਾਣ ਕੇ ਵਿਸਾਰ ਨਾ ਦਿਓ, ਕਿਰਪਾ ਕਰਿਓ। ਦਾਸ ਵਿਚਾਰੋ, ਜਿਹੜੇ ਤੁਹਾਡੇ ਦਾਸ ਨੇ ਸੇਵਕ, ਉਹਨਾਂ ਦੇ ਅੱਗੇ ਜਿਹੜੇ ਦਾਸ ਨੇ ਮਹਾਰਾਜ, ਅਸੀਂ ਉਹਨਾਂ ਦੇ ਵੀ ਦਾਸ ਹਾਂ, ਸਭ ਤੋਂ ਨੀਵੇਂ ਆ ਮਹਾਰਾਜ, ਆਪਣੇ ਦਾਸ ਜਾਣ ਕੇ ਸਾਡੇ 'ਤੇ ਕਿਰਪਾ ਕਰੋ। ਕਰ ਬੰਧਨ ਕਰ ਤੋ ਪਿਆ, ਇਸ ਤਰ੍ਹਾਂ ਮਹਾਰਾਜ ਜੀਆਂ ਨੂੰ ਮੱਥਾ ਟੇਕ ਕੇ ਚੱਲ ਪਏ। ਜਦੋਂ ਸਤਿਗੁਰਾਂ ਨੇ ਆਖਿਆ ਨਾ ਜਾਓ, ਤੇ ਦੋਨੇ ਭਰਾ ਚੱਲ ਪਏ ਹਨ। ਰਾਖ ਸਤਿਗੁਰੂ ਕੋ ਧਿਆਨ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦਾ ਧਿਆਨ ਆਪਣੇ ਹਿਰਦੇ ਵਿੱਚ ਰੱਖਦੇ ਪਏ।
ਕਿ ਸਤਿਗੁਰਾਂ ਨੇ ਸਾਡੇ 'ਤੇ ਕਿਰਪਾ ਕੀਤੀ ਹੈ। ਮਧੂ ਸਿੰਘਾਣੇ ਪੁਰ 'ਤੇ ਡੇਰਾ, ਅਤੇ ਕਹਿਣ ਲੱਗੇ ਵੀ ਸਤਿਗੁਰੂ ਇਹ ਮਧੂ ਸਿੰਘਾਣਾ ਪਿੰਡ ਇੱਥੇ ਡੇਰਾ ਕੀਤਾ ਹੈ। ਰੱਬ ਜੀ ਕੂਚ ਕਰਿਓ ਅਤੇ ਸਵੇਰਾ, ਅਤੇ ਸਤਿਗੁਰੂ ਪਾਤਸ਼ਾਹ ਜੀ ਇੱਥੋਂ ਫਿਰ ਅੱਗੇ ਉਸ ਵੇਲੇ ਚੱਲ ਪਏ ਹਨ। ਆਏ ਅਰੂੜ ਕਰ ਪੰਥ ਪਿਆ ਨੇ, ਸਤਿਗੁਰੂ ਪਾਤਸ਼ਾਹ ਘੋੜੇ 'ਤੇ ਚੜ੍ਹ ਕੇ ਅੱਗੇ ਚੱਲਦੇ ਪਏ। ਗੁਰਮੁਖੋ ਬਚਨ ਇਹ ਹੈ, ਜਿਨ੍ਹਾਂ ਨੇ ਕਮਾਈ ਕੀਤੀ ਹੈ ਉਹ ਸੰਸਾਰ ਵਿੱਚ ਸਫਲ ਹੋਏ। ਗੁਰੂ ਪਾਤਸ਼ਾਹ ਦੀ ਔਰ ਸੰਸਾਰੀ ਗੁਰੂਆਂ ਦਾ ਇਹੋ ਹੀ ਫਰਕ ਹੈ। ਜਿਹੜੇ ਬਾਕੀ ਗੁਰੂ ਸਨ, ਰਾਮ ਰਾਏ ਦੀ ਕੁੱਲ ਵਿੱਚੋਂ ਵੀ ਗੁਰੂ ਬਣੇ, ਇਸੇ ਤਰ੍ਹਾਂ ਧੀਰ ਮੱਲੀਆਂ ਦੀ ਕੁੱਲ ਵਿੱਚੋਂ ਆਖਦੇ ਅਸੀਂ ਗੁਰੂ ਹਾਂ, ਗੁਰੂ ਤਾਂ ਬੜੇ ਬਣੇ, ਪਰ ਉਹ ਗੁਰੂ ਬਣਦੇ ਸਨ ਕਿ ਮਾਇਆ ਸਾਡੇ ਕੋਲ ਰਹੇ, ਧਨ ਸਾਡੇ ਕੋਲ ਰਹੇ, ਪ੍ਰਭਤਾ ਸਾਡੇ ਕੋਲ ਰਹੇ ਅਤੇ ਸਾਨੂੰ ਦੁਨੀਆ ਨਮਸਕਾਰ ਕਰੇ, ਅਤੇ ਸਿੱਖਾਂ ਦਾ ਜੋ ਹੁੰਦਾ ਹੋ ਜਾਵੇ, ਸਾਨੂੰ ਕੋਈ ਉਹਦੇ ਨਾਲ ਵਿਚਾਰ ਨਹੀਂ ਹੈ। ਪਰ ਪੂਰਨ ਗੁਰੂ ਜਿਹੜਾ ਹੈ, ਉਹਨੂੰ ਸੰਸਾਰ ਦੇ ਪਦਾਰਥਾਂ ਦਾ ਮੋਹ ਨਹੀਂ ਹੈ। ਪਦਾਰਥ ਆਵੇ ਅਤੇ ਭਾਵੇਂ ਨਾ ਆਵੇ, ਨਹੀਂ ਮੋਹ ਕੋਈ ਨਹੀਂ ਹੈ। ਅਨੰਦਪੁਰ ਸਾਹਿਬ ਦੀ ਧਰਤੀ 'ਤੇ ਰਹਿੰਦਿਆਂ ਜਦੋਂ ਮਹਾਰਾਜ ਨੇ ਆਖਿਆ ਸੀ ਨਾ, ਸਾਰਾ ਖਜ਼ਾਨਾ ਚੁੱਕ ਕੇ ਸਤਲੁਜ 'ਚ ਪਾ ਦਿਓ, ਅਤੇ ਸਿੱਖਾਂ ਨੇ ਪਾ ਦਿੱਤਾ। ਇੱਕ ਸਿੱਖ ਨੇ ਉਸ ਵੇਲੇ ਤੀਰ ਕਮਾਣ ਦੀ ਜਿਹੜੀ ਤੰਦੀ ਸੀ ਉਹ ਲਾਹ ਕੇ ਰੱਖ ਲਈ। ਮਹਾਰਾਜ ਨੇ ਆਖਿਆ ਨਾ, ਤੀਰ ਕਮਾਣ ਪਾ ਦਿਓ ਦਰਿਆ ਵਿੱਚ ਲਿਜਾ ਕੇ, ਅਤੇ ਉਹਨੇ ਉਹ ਤੀਰ ਕਮਾਣ ਦੀ ਉਹ ਜਿਹੜੀ ਤੰਦੀ 'ਚ ਤੀਰ ਖਿੱਚ ਕੇ ਚਲਾਈ ਦਾ ਉਹ ਲਾਹ ਕੇ ਰੱਖ ਲਈ। ਉਹਨੂੰ ਇਹ ਸੀ ਵੀ ਮੇਰਾ ਕਮਾਣ ਮਸਤਾਨਾ ਹੈ ਅਤੇ ਮੈਂ ਇਹ ਤੰਦੀ ਉਹਨੂੰ ਪਾ ਲਵਾਂਗਾ। ਉਹਨੇ ਜੇਬ ਵਿੱਚ ਪਾਲੀ ਲਾ ਕੇ, ਮਹਾਰਾਜ ਜੀ ਨੂੰ ਪਤਾ ਲੱਗ ਗਿਆ। ਪਾਤਸ਼ਾਹ ਕਹਿੰਦੇ ਇਹ ਕੀ ਕੀਤਾ ਹੈ? ਕਹਿੰਦਾ ਮਹਾਰਾਜ, ਤੁਸੀਂ ਤਾਂ ਸਭ ਕੁਝ ਦਰਿਆ ਵਿੱਚ ਸਟਾਈ ਜਾਂਦੇ ਹੋ ਅਤੇ ਇੱਥੇ ਦਰਿਆ ਵਿੱਚ ਸਾਰਾ ਖਰਾਬ ਹੀ ਹੋ ਜਾਣਾ। ਮੈਂ ਸੋਚਿਆ ਵੀ ਚੱਲ ਮੈਂ ਵਰਤ ਲਵਾਂਗਾ। ਮਹਾਰਾਜ ਕਹਿੰਦੇ ਨਹੀਂ ਭਾਈ, ਉਹ ਸਾਡਾ ਖਜ਼ਾਨਾ, ਉਹਦੇ ਵਿੱਚ ਜਾਣ ਦਿਓ, ਇਹ ਜੇਬ 'ਚੋਂ ਕੱਢ, ਇਹਨੂੰ ਪਾ ਉਹਦੇ ਨਾਲ ਅਤੇ ਇਹਨੂੰ ਰੱਖ ਕੇ ਆ ਪਾਣੀ ਦੇ ਵਿੱਚ। ਸੋ ਮਹਾਰਾਜ ਸੰਸਾਰ ਵਿੱਚ ਰਹਿ, ਪਦਾਰਥ ਦਾ ਮੋਹ ਕੋਈ ਨਹੀਂ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਇਤਿਹਾਸ ਪੜ੍ਹਦੇ ਹੋ ਨਾ, ਅਤੇ ਸਤਿਗੁਰੂ ਜਦੋਂ ਬਾਬਾ ਬਕਾਲਾ ਸਾਹਿਬ ਨੂੰ ਛੱਡ ਕੇ ਅਤੇ ਕੀਰਤਪੁਰ ਸਾਹਿਬ ਨੂੰ ਆਉਣ ਲੱਗੇ, ਜਦੋਂ ਬਿਆਸ ਦਰਿਆ ਦੇ ਕਿਨਾਰੇ 'ਤੇ ਆਏ ਅਤੇ ਸਿੱਖ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੁੱਕ ਕੇ ਲੈ ਆਏ ਸਨ। ਮਹਾਰਾਜ ਨੇ ਆਖਿਆ ਇਹ ਕੀ ਹੈ? ਕਹਿੰਦੇ ਜੀ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ, ਗੁਰੂ ਅਰਜਨ ਦੇਵ ਪਾਤਸ਼ਾਹ ਨੇ ਲਿਖਵਾਇਆ, ਇਹ ਆਪਣੇ ਕੋਲ ਹੈ। ਪਾਤਸ਼ਾਹ ਕਹਿਣ ਲੱਗੇ ਇਹ ਤਾਂ ਧੀਰਮੱਲ ਕੋਲ ਸੀਗਾ। ਕਹਿੰਦੇ ਜੀ, ਉਹ ਆਪਾਂ ਖੋਹ ਕੇ ਲੈ ਆਉਂਦਾ। ਮਹਾਰਾਜ ਕਹਿੰਦੇ ਨਾ, ਇਹ ਮੋੜ ਕੇ ਆਓ, ਉਹਨੂੰ ਦੇ ਕੇ ਆਓ। ਮਹਾਰਾਜ, ਹੁਣ ਧੀਰਮੱਲ ਨੂੰ ਕਿੱਥੇ ਲੱਭੀਏ, ਕੀ ਪਤਾ ਕਿੱਥੇ ਹੋਵੇਗਾ। ਪਾਤਸ਼ਾਹ ਕਹਿੰਦੇ ਫਿਰ ਪਾਣੀ ਵਿੱਚ ਰੱਖ ਦਿਓ, ਬਿਆਸ ਦੇ ਵਿੱਚ ਹੀ ਰੱਖ ਦਿਓ, ਆਪੇ ਲੈ ਲਏਗਾ ਆ ਕੇ। ਐਸੇ ਤਿਆਗੀ ਵਿਰਾਗੀ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ। ਸਰੂਪ ਭਾਵੇਂ ਆਪਣੇ ਵੱਡਿਆਂ ਸਤਿਗੁਰਾਂ ਦੀ ਬਾਣੀ ਹੈ, ਦਾਦਾ ਸਤਿਗੁਰੂ ਦੀ ਬਾਣੀ ਹੈ, ਗੁਰੂ ਤੇਗ ਬਹਾਦਰ ਪਾਤਸ਼ਾਹ, ਫਿਰ ਵੀ ਆਖਿਆ ਨਹੀਂ, ਇਹ ਧੀਰਮੱਲ ਕੋਲ ਸੀ ਅਤੇ ਉਹਦੇ ਕੋਲ ਹੀ ਰਹਿਣਾ ਚਾਹੀਦਾ। ਪਦਾਰਥਾਂ ਦੀ, ਸੰਸਾਰੀ ਵਸਤੂਆਂ ਦੀ ਲੋੜ ਨਹੀਂ ਹੈ, ਇਹ ਪੂਰੇ ਗੁਰੂ ਦੀ ਨਿਸ਼ਾਨੀ ਹੈ। ਅਧੂਰਿਆਂ ਦੀ ਨਿਸ਼ਾਨੀ ਹੈ ਵੀ ਪਦਾਰਥ ਸਾਰੇ ਸਾਡੇ ਕੋਲ ਹੀ ਹੋਣੇ ਚਾਹੀਦੇ, ਇਹ ਅਧੂਰਿਆਂ ਦੀ ਨਿਸ਼ਾਨੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਇੱਥੇ ਕਿਰਪਾ ਕਰਦੇ ਪਏ, ਮਧੂ ਸਿੰਘਾਣਾ ਪਿੰਡ ਹੈ, ਇੱਥੇ ਮਹਾਰਾਜ ਵਿਚਰਦੇ ਪਏ। ਹੁਣ ਭਾਈ ਪਰਮ ਸਿੰਘ ਧਰਮ ਸਿੰਘ ਕਿਵੇਂ ਘਰੇ ਜਾਣਗੇ, ਅਤੇ ਘਰ ਦੇ ਮੈਂਬਰ ਕਿਵੇਂ ਵੇਖ ਕੇ ਦਰਵਾਜ਼ਾ ਬੰਦ ਕਰਦੇ ਅਤੇ ਉਹਨਾਂ ਨੂੰ ਵਾਪਸ ਮੋੜਦੇ, ਉਹ ਇਤਿਹਾਸ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ ਭੁੱਲਾਂ ਦੀ ਮੁਆਫੀ, ਲਿਖ ਬਖਸ਼ਣ ਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ ਸਾਹਿਬ ਜੀ।